ਤਾਂ ਡਿਸਕਨ ਮਾਰਨਿੰਗ ਪ੍ਰਾਈਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਵਿੱਚ ਦੱਸਾਂਗੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਦੇ ਮੱਦੇਨਜ਼ਰ ਸਿਆਸੀ ਪਾਰਾ ਬਿਲਕੁਲ ਜ਼ਬਰਦਸਤ ਦਿਖਾਈ ਦੇ ਰਿਹਾ, ਪਰ ਇਸ ਵਿਚਾਲੇ ਸਿਆਸੀ ਗਤੀਵਿਧੀਆਂ ਵੀ ਰਾਜਨੀਤਿਕ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਪਰ ਜੋ ਕੁਛ ਬੀਤੇ ਇੱਕ ਹਫ਼ਤੇ 'ਚ ਹੋਇਆ ਉਹ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਕਿ ਸਟੈਂਡ ਦਾ ਜ਼ਿਕਰ ਹੋ ਰਿਹਾ ਹੈ। ਆਖਿਰਕਾਰ ਕਿਹੜੀ ਅਜਿਹੀ ਡਿਵੈਲਪਮੈਂਟ ਹੋਈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਈਕਲ ਦੇ ਸਟੈਂਡ ਦਾ ਜ਼ਿਕਰ ਕਰਦੇ ਹੈ? ਸ਼ੀਤਲ ਉਂਗਰਾਲ ਅਤੇ ਸੁਸ਼ੀਲ ਰਿੰਕੂ ਨੇ ਅਜਿਹਾ ਸੁਸ਼ੀਲ ਕੰਮ ਕੀਤਾ ਜਿਸ ਤੋਂ ਬਾਅਦ ਬੀਜੇਪੀ ਤਾਂ ਖੁਸ਼ ਹੈ, ਆਮ ਆਦਮੀ ਪਾਰਟੀ ਕਚੀਚੀਆਂ ਲੈ ਰਹੀ ਹੈ ਅਤੇ ਕਾਂਗਰਸ ਇੱਕ ਪਾਸੇ ਬੈਠੀ ਸਵਾਦ ਲੈ ਰਹੀ ਹੈ। ਮਨੋਜ ਕੁਮਾਰ ਜੋਸ਼ੀ ਸਟੂਡੀਓ ਆਏ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਸੀਨੀਅਰ ਜਰਨਲਿਸਟ ਨੇ। ਜੋਸ਼ੀ ਸਾਹਿਬ ਸਵਾਗਤ ਹੈ ਤੁਹਾਡਾ। ਜੋਸ਼ੀ ਸਾਹਿਬ, ਦੇਖੋ ਤਿੰਨ ਸਿਆਸੀ ਜਮਾਤਾਂ ਦਾ ਮੈਂ ਨਾਮ ਗਿਣਵਾਇਆ, ਆਮ ਆਦਮੀ ਪਾਰਟੀ ਨੇ ਤਾਂ ਗੁੱਸਾ ਕਰਨਾ ਹੀ ਸੀ ਆਪਣੇ, ਜਦੋਂ ਸਿਆਸੀ ਪਲਟੀ ਮਾਰਦੇ ਆ ਤਾਂ ਦੁੱਖ ਬਹੁਤ ਲੱਗਦਾ। ਕਾਂਗਰਸ ਕਹਿ ਰਹੀ ਹੈ ਕਿ ਜਦੋਂ ਕਾਂਗਰਸ 'ਚੋਂ ਰਿੰਕੂ ਜੰਪ ਕਰਕੇ ਆਮ ਆਦਮੀ ਪਾਰਟੀ 'ਚ ਆਏ ਸੀ ਉਸ ਵੇਲੇ ਬਹੁਤ ਵੱਡੇ ਇਨਕਲਾਬੀ, ਅਤੇ ਅੱਜ ਉਹ ਗਦਾਰ ਲੱਗਦੇ ਹੈ। ਬੀਜੇਪੀ ਕਹਿ ਰਹੀ ਹੈ ਕਿ ਦੇਖੋ ਜੀ ਤਾਂ ਬਣਦਾ ਹੱਕ ਸੀ, ਇਹ ਜ਼ਰੂਰੀ ਸੀ, ਇਹ ਜੋ ਹੋਇਆ ਠੀਕ ਹੋਇਆ। ਪਰ ਬਾਜਵਾ ਸਾਹਿਬ ਨੇ ਤਾਂ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਉਂਗਰਾਲ ਸਾਹਿਬ ਦੱਸੋ 25 ਕਰੋੜ ਰੁਪਏ ਦਾ ਤੁਹਾਡੇ ਔਫਰ ਦਾ ਪ੍ਰਸਤਾਵ ਸੀ ਕਿ ਤੁਸੀਂ ਸਵੀਕਾਰ ਕੀਤਾ। ਪ੍ਰਤਾਪ ਸਿੰਘ ਬਾਜਵਾ ਵੀ ਅੱਜ ਕੱਲ੍ਹ ਕਾਫੀ ਤੇਜ਼ ਚੱਲ ਰਹੇ ਹੈ। ਬਿਲਕੁਲ ਕ੍ਰਿਸ਼ਨ, ਦੇਖੋ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਜਾਂ ਸ਼ੀਤਲ ਉਂਗਰਾਲ ਦੀ ਗੱਲ ਕਰੀਏ, ਸ਼ੀਤਲ ਉਂਗਰਾਲ ਉਹ ਵਿਅਕਤੀ ਸੀਗੇ ਜਿਹੜੇ ਕਿ ਸਭ ਤੋਂ ਜ਼ਿਆਦਾ ਮੋਹਰੀ ਸੀਗੇ, ਜਿਹਨੇ ਸਭ ਤੋਂ ਜ਼ਿਆਦਾ ਰੌਲਾ ਪਾਇਆ ਸੀਗਾ ਕਿ ਓਪਰੇਸ਼ਨ ਲੋਟਸ ਜਿਹੜਾ ਹੈਗਾ ਉਹ ਹੋ ਗਿਆ। ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀਗਾ, ਉਸ ਦਿਨ ਉਹ ਨਿਕਲ ਜਾਂਦੇ ਆ, ਡੀ ਜੀ ਪੀ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਉਹ ਆ ਕੇ ਜਿਹੜਾ ਵਿਜੀਲੈਂਸ ਦਾ ਆਫਿਸ ਆ ਉੱਥੇ ਆ ਕੇ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਜਿਹੜਾ 25 ਕਰੋੜ ਦੀ ਔਫਰ ਆਈ ਹੈ, ਸਾਨੂੰ ਮਤਲਬ ਕਿ ਅਮਿਤ ਸ਼ਾਹ ਦੇ ਨਾਂ ਦੇ ਨਾਮ ਦੇ ਉੱਪਰ ਸਾਤੋਂ ਪੈਸੇ ਦੇਣ ਦੀ ਗੱਲ ਕੀਤੀ ਹੈ ਔਰ ਕਿਹਾ ਗਿਆ ਕਿ ਤੁਸੀਂ ਜਿਹੜੇ ਹੈਗਾ ਬੀਜੇਪੀ 'ਚ ਸ਼ਾਮਿਲ ਹੋ ਜਾਓ। ਉਹਨਾਂ ਵੱਲੋਂ ਜਿਨ੍ਹਾਂ ਵੱਲੋਂ ਐਡਾ ਬੜਾ ਮਸਲਾ ਚੱਕਿਆ ਗਿਆ ਔਰ ਬਹੁਤ ਸਾਰਾ ਉਹਨੇ ਸੁਰੱਖਿਆ ਬਟੋਰੀਆਂ, ਪੂਰੀ ਸਰਕਾਰ ਜਿਹੜੀ ਸੀਗੀ ਸਰਕਾਰ ਨਾਲ ਸੀਗੀ, ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਉਹ ਬੀਜੇਪੀ 'ਚ ਚਲ ਜਾਣਾ, ਇਹ ਸਵਾਲ ਤਾਂ ਖੜੇ ਕਰਦਾ ਹੈ। ਜਵਾਬ ਤਾਂ ਦੇਖੋ ਦੇਣਾ ਪਵੇਗਾ ਕਿਉਂਕਿ ਆਪਾਂ ਪਬਲਿਕ ਡੋਮੇਨ 'ਚ ਰਹਿੰਦੇ ਹਾਂ, ਪਬਲਿਕ ਦੇ ਵਿੱਚ ਜਾਣਾ ਹੈਗਾ, ਜਿਹੜਾ ਅਸੀਂ ਸਾਰਵਜਨਿਕ ਜੀਵਨ ਜੀਂਦੇ ਹੈਗੇ ਹਾਂ, ਪਰ ਅਗਰ ਜਵਾਬ ਨਹੀਂ ਦੇਵਾਂਗੇ ਤਾਂ ਸਾਡੇ ਪਾਸ ਸ਼ੱਕ ਖੜੇ ਹੋਣਗੇ। ਜੋਸ਼ੀ ਜੀ, ਸਵਾਲ ਅਕਸਰ ਉਦੋਂ ਹੀ ਖੜਾ ਕਿਉਂ ਹੁੰਦਾ ਹੈ ਜਦੋਂ ਕਿਸੇ ਵੱਡੇ ਲੀਡਰ ਨੂੰ ਅਰੈਸਟ ਕਰ ਲਿਆ ਜਾਂਦਾ? ਪਹਿਲਾਂ ਜਦੋਂ ਮਨੀਸ਼ ਸਿਸੋਦੀਆ ਸੀ ਤਦ ਵੀ ਇਹ ਗੱਲ ਉੱਠੀ, ਉਸ ਤੋਂ ਪਹਿਲਾਂ ਜਦੋਂ ਕੁਝ ਹੋਰ ਲੀਡਰਸ ਨੂੰ ਅਰੈਸਟ ਕੀਤਾ ਗਿਆ ਤਦ ਇਹ ਗੱਲ ਉੱਠੀ, ਅਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕੀਤਾ ਗਿਆ ਤਦ ਇਹ ਗੱਲ ਉੱਠ ਰਹੀ ਹੈ ਕਿ ਆਪਰੇਸ਼ਨ ਲੋਟਸ ਚੱਲ ਰਿਹਾ ਸੀ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਮਤਲਬ ਆਪਰੇਸ਼ਨ ਲੋਟਸ ਵੀ ਖਤਮ ਹੋ ਜਾਂਦਾ? ਬਿਲਕੁਲ, ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ, ਚਾਹੇ ਤੁਸੀਂ ਜਿਸ ਮਰਜ਼ੀ ਦੀ ਗ੍ਰਿਫਤਾਰੀ ਦੀ ਗੱਲ ਕਰਦੇ ਹਾਂ, ਤਾਂ ਇੱਕ ਜਿਹੜੀ ਗੱਲ ਇਹ ਆਉਂਦੀ ਕਿ ਉਸ ਚੀਜ਼ ਨੂੰ, ਜਿੱਦਾਂ ਦੇਖੋ ਈਡੀ ਦੀ ਗੱਲ ਕਰਦੇ ਹਾਂ ਆਪਾਂ, ਸੀਬੀਆਈ ਦੀ ਗੱਲ ਕਰ ਰਹੇ ਹਾਂ, ਇਹ ਆਰੋਪ ਲੱਗਦਾ ਹੈ ਸਰਕਾਰ 'ਤੇ ਕਿ ਜਿਹੜੀ ਸਰਕਾਰ ਹੈਗੀ ਇਹਨਾਂ ਸੰਸਥਾਵਾਂ ਦਾ ਜਿਹੜਾ ਦੁਰਉਪਯੋਗ ਕਰ ਰਹੀ ਹੈ ਜਾਂ ਉਹਨਾਂ ਦਾ ਡਰ ਦਿਖਾ ਕੇ ਜਿਹੜੇ ਕਿ ਹੋਰ ਲੀਡਰਾਂ ਨੂੰ ਜਿਹੜਾ ਹੈਗਾ ਆਪਣੇ ਕੰਨੀ ਕਰ ਰਹੀ ਹੈ। ਤਾਂ ਇਸ ਤੋਂ ਮਕਸਦ ਇਹੀ ਆਉਂਦਾ ਕਿ ਜਦੋਂ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਤਾਂ ਲੱਗਦਾ ਕਿ ਇਹ ਮੌਕਾ ਸਹੀ ਹੈਗਾ ਕਿ ਜੋ ਕੋਈ ਵਿਅਕਤੀ ਗਿਆ ਹੈਗਾ ਅੰਦਰ ਜਾ ਰਿਹਾ ਜਾਂ ਕੋਈ ਵਿਅਕਤੀ ਨੂੰ ਪਾਰਟੀ ਕੋਈ ਆਪਣੇ 'ਚ ਲੈ ਰਹੀ ਹੈ ਤਾਂ ਉਸ ਨੂੰ ਲੈ ਕੇ ਹਰ ਕੋਈ ਪਾਰਟੀ ਆਪਣੇ ਹਿਸਾਬ ਨਾਲ ਹੀ ਆਪਣਾ ਜਿਹੜਾ ਬਿਆਨ ਦਿੰਦੀ ਹੈ। ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ, ਜਦੋਂ ਕੋਈ ਵਿਅਕਤੀ ਜਾਂਦਾ ਹੈ, ਅਗਰ ਕਿਸੇ ਹੋਰ ਬੀਜੇਪੀ ਜਾਂਦਾ ਤਾਂ ਆਪਰੇਸ਼ਨ ਲੋਟਸ ਦੀ ਗੱਲ ਹਰ ਕੋਈ ਕਰਦਾ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਦੀ ਗੱਲ ਕਰੀਏ। ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਜੋ ਉਂਗਰਾਲ ਗਏ ਆ ਜਾਂ ਸ਼ੀਤ ਜਿਹੜਾ ਸੁਸ਼ੀਲ ਰਿੰਕੂ, ਉਹ ਦੋਨੋਂ ਗਏ ਨੇ, ਉਹ ਦੋਨਾਂ ਨੇ ਆ ਕੇ ਵਾਪਸ ਗੱਲ ਇਹੀ ਗੱਲ ਕਹੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਗਏ ਹਾਂ, ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਪਰ ਵਿਰੋਧ ਜਿਹੜਾ ਹੈਗਾ ਉਹਨਾਂ ਦਾ ਆਪਣੇ ਹਲਕਿਆਂ 'ਚ ਦੇਖਣ ਨੂੰ ਮਿਲ ਰਿਹਾ, ਜਿਹੜੇ ਲੋਕ ਵਿਰੋਧ ਕਰ ਰਹੇ ਨੇ। ਵੱਲੋਂ ਸੁਨੀਲ ਕੁਮਾਰ ਜਾਖੜ ਕਹਿੰਦੇ ਨੇ ਕਿ ਜਿਹੜੀ ਚੀਜ਼ ਸਾਨੂੰ ਬਾਜ਼ਾਰ 'ਚੋਂ 5,000 ਦੀ ਮਿਲ ਜਾਂਦੀ ਹੈ ਉਸ ਦੇ ਲਈ ਅਸੀਂ 25 ਕਰੋੜ ਕਿਉਂ ਦੇਵਾਂਗੇ? ਕਟਾਕਸ਼ ਲਿਆ ਉਹਨਾਂ ਨੇ ਵੀ। ਹਾਂ ਬਿਲਕੁਲ, ਦੇਖੋ ਉਹਨਾਂ ਨੇ ਜਿਹੜਾ ਕਟਾਕਸ਼ ਸੀਗਾ, ਉਹ ਜਿਹੜੇ ਗੋਲਡੀ ਨੇ ਗੋਲਡੀ ਕੰਬੋਜ ਨੇ, ਉਹਨਾਂ ਦੇ ਬਿਆਨ ਦੇ ਉੱਪਰ ਲੱਤਾ ਸੀਗਾ ਕਿ ਜਦੋਂ ਉਹਨਾਂ ਨੇ ਜਦੋਂ ਸ਼ੀਤਲ ਉਂਗਰਾਲ ਔਰ ਸੁਸ਼ੀਲ ਰਿੰਕੂ
ਜਿਹੜੇ ਬੀਜੇਪੀ 'ਚ ਸ਼ਾਮਿਲ ਹੁੰਦੇ ਤਾਂ ਉਸ ਤੋਂ ਬਾਅਦ ਜਿਹੜੇ ਗੋਲਡੀ ਨੇ ਅਤੇ ਦੋ ਹੋਰ ਜਿਹੜੇ ਸੀਗੇ ਕੀ ਕਹਿੰਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਤੋਂ, ਉਹ ਆਰੋਪ ਲਗਾਉਂਦੇ ਕਿ ਸਾਨੂੰ 25-25 ਕਰੋੜ ਦੀ ਔਫਰ ਦੇ ਦੋ ਬਾਹਰ ਦੇ ਫੋਨਾਂ ਤੋਂ ਜਿਹੜੇ ਸੀਗੇ ਉਹ ਸਾਨੂੰ ਫੋਨ ਆਏ ਸੀਗੇ, ਔਫਰ ਆਈ ਸੀਗੀ, ਪਰ ਅਸੀਂ ਉਹ ਸਵੀਕਾਰ ਨਹੀਂ ਕੀਤੀ ਹੈਗੀ। ਤਾਂ ਸੁਨੀਲ ਜਾਖੜ, ਕਿਉਂਕਿ ਜੋ ਗੋਲਡੀ ਸੀਗਾ ਉਹਨਾਂ ਪਰ ਇੱਕ ਕੋਈ ਆਰੋਪ ਲੱਗਿਆ ਸੀ ਪੁਰਾਣਾ, ਉਸ ਨੂੰ ਲੈ ਕੇ ਹੀ ਉਹ ਜਵਾਬ ਕਹਿੰਦੇ ਜਿਹੜੇ 5-5 ਹਜ਼ਾਰ ਵਾਲੇ ਬੰਦੇ ਨੇ ਉਹ ਮਿਲਣੇ। ਪਰ ਰਾਜਨੀਤੀ ਹੈ, ਜਦੋਂ ਕੋਈ ਆਉਂਦਾ ਜਾਂ ਜਾਂਦਾ ਤਾਂ ਉਹਦੇ ਉੱਪਰ ਹਰ ਤਰ੍ਹਾਂ ਆਪਣੇ ਹਿਸਾਬ ਨਾਲ ਕੋਈ ਨਾ ਕੋਈ ਜਿਹੜਾ ਕਮੈਂਟ ਕੀਤਾ ਜਾਂਦਾ ਹੈਗਾ। ਪਰ ਇਹ ਗੱਲ ਸਾਫ਼ ਹੈ ਕਿ ਇਸ ਟਾਈਮ ਜਿਹੜੇ ਕਿ ਮੈਂ ਪਹਿਲਾਂ ਕਾਂਗਰਸ ਸੀਗੇ ਸੁਸ਼ੀਲ ਰਿੰਕੂ, ਫਿਰ ਆਮ ਆਦਮੀ ਪਾਰਟੀ 'ਚ ਆਏ ਅਤੇ ਹੁਣ ਉਹ ਬੀਜੇਪੀ 'ਚ ਸ਼ਾਮਿਲ ਹੋ ਗਏ ਨੇ ਅਤੇ ਬੀਜੇਪੀ ਨੂੰ ਲੈ ਕੇ ਉਹ ਪੂਰਾ ਝੰਡਾ ਬਰਦਾਰ ਨੇ। ਉਸ ਤੋਂ ਜਿਹੜੇ ਸ਼ੀਤਲ ਅੰਗਰਾਲ ਨੇ ਉਹ ਵੀ ਜਿਹੜੇ ਹੁਣ ਬੀਜੇਪੀ ਵਾਸਤੇ ਪੂਰਾ ਝੰਡਾ ਚੱਕੀ ਫਿਰਦੇ ਆ। ਪਰ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਟਾਈਮ 'ਚ ਕਿੱਦਾਂ ਹੁੰਦੀ ਹੈ, ਕਿਉਂਕਿ ਉਹਨਾਂ ਬਾਰੇ ਜਿਹੜੇ ਸ਼ੀਤਲ ਸੀਗੇ ਉਹਨਾਂ ਬਾਰੇ ਕਈ ਕੇਸ ਪਹਿਲਾਂ ਵੀ ਚੱਲਦੇ ਸੀਗੇ। ਪਰ ਮਨੋਜ ਜੀ, ਦੇਖੋ ਗੱਲ ਫਿਰ ਉਸੇ ਮੁੱਦੇ 'ਤੇ ਸਾਨੂੰ ਆਉਣਾ ਪਏਗਾ ਜਿਸ ਤੋਂ ਅਸੀਂ ਸ਼ੁਰੂਆਤ ਕੀਤੀ ਸੀ। ਇਸ ਨੂੰ ਹਿਰਦੇ ਪਰਿਵਰਤਨ ਕਹੀਏ ਜਾਂ ਸਮੇਂ ਦੀ ਨਜ਼ਾਕਤ ਕਹੀਏ, ਇੰਨੀ ਬੇਵਫਾਈ ਕੌਣ ਕਰਦਾ? ਜਿਹੜੀ ਪਾਰਟੀ ਨੇ ਟਿਕਟ ਦਿੱਤੀ ਹੋਏ, ਜਿਹੜੀ ਪਾਰਟੀ ਨੇ ਬਾਈ ਇਲੈਕਸ਼ਨ ਜਿਤਾਇਆ ਹੋਏ, ਬਾਈ ਇਲੈਕਸ਼ਨ ਤੋਂ ਬਾਅਦ ਇੱਕ ਹੋਰ ਹੱਥ 'ਚ ਟਿਕਟ ਫੜਾ ਦਿੱਤੀ ਹੋਏ ਕਿ ਰਿੰਕੂ ਜੀ ਚੱਕੋ, ਮੈਦਾਨ 'ਚ ਉਤਰੋ, ਤੁਹਾਡਾ ਹੁਣ ਵੇਲਾ ਲੜਨ ਦਾ ਹੈ, ਉਹ ਟਿਕਟ ਬਿਨਾਂ ਮੋੜੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਦੇਖੋ 17 ਤਰੀਕ ਨੂੰ ਬਹੁਤ ਵੱਡੀ ਚਰਚਾ ਸੀ ਰਿੰਕੂ ਬਾਰੇ ਜਦੋਂ ਅਯੋਧਿਆ ਦਰਸ਼ਨ ਕਰਨ ਗਏ ਸੀ ਕਿ ਉਹ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਆ। ਉਸ ਵੇਲੇ ਸੁਸ਼ੀਲ ਰਿੰਕੂ ਨੇ ਕਿਹਾ, ਮੈਂ ਨਿੰਦਾ ਕਰਦਾ ਜਿਹੜੇ ਲੋਕ ਮੇਰੇ ਖਿਲਾਫ਼ ਅਜਿਹੀਆਂ ਖਬਰਾਂ ਨੂੰ ਫੈਲਾ ਰਹੇ ਨੇ, ਅਜਿਹੀਆਂ ਮਨਘੜਤ ਜਾਣਕਾਰੀਆਂ ਨੂੰ ਫੈਲਾ ਰਹੇ ਨੇ। ਤਾਂ ਉਹ ਨਿੰਦਾ 10 ਦਿਨ ਦੇ ਵਿੱਚ ਹਿਰਦੇ ਪਰਿਵਰਤਨ 'ਚ ਕਿਵੇਂ ਬਦਲ ਗਈ? ਹਾਲਾਂਕਿ ਬਹੁਤ ਵੱਡੀ ਚਰਚਾ ਜੁਸਾ ਇਹ ਹੈ ਕਿ ਇਸ ਨੂੰ ਪ੍ਰੈਸ਼ਰ ਕਹੀਏ, ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 25 ਕਰੋੜ ਦੀ ਔਫਰ ਦਾ ਤਾਂ ਜ਼ਿਕਰ ਖੁਦ ਉਂਗਰਾਲ ਕਰਦੇ ਰਹੇ ਹੈ। ਸ਼ੀਤਲ ਉਂਗਰਾਲ ਨੂੰ ਜੇ 25 ਕਰੋੜ ਰੁਪਏ ਦਾ ਪ੍ਰਸਤਾਵ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਐਕਸੈਪਟ ਕੀਤਾ, ਬਹੁਤ ਵੱਡਾ ਸਵਾਲ ਪ੍ਰਤਾਪ ਸਿੰਘ ਬਾਜਵਾ ਦਾ, ਇਸੇ 'ਤੇ ਚਰਚਾ ਜਿਹੜੀ ਹੈ ਘੁੰਮਣੀ ਉਹ ਜ਼ਰੂਰੀ ਬਣੀ ਹੈ। ਬਿਲਕੁਲ, ਦੇਖੋ 25 ਕਰੋੜ ਦੀ ਗੱਲ ਸ਼ੀਤਲ ਉਹਨਾਂ ਨੇ ਕੀਤੀ ਸੀਗੀ। ਸ਼ੀਤਲ ਉਹਨੇ, ਮੈਂ ਤੁਹਾਨੂੰ ਦੱਸਿਆ, ਪਹਿਲਾਂ ਵੀ ਬਹੁਤ ਜ਼ਿਆਦਾ ਮੁਖਰ ਹੋਏ ਸੀਗੇ, DGP ਕੋਲ ਗਏ ਸੀਗੇ, ਔਰ ਜਦੋਂ ਵੀ ਕੋਈ ਬਿਆਨ ਸੀਗਾ ਤਾਂ ਸ਼ੀਤਲ ਸਭ ਤੋਂ ਪਹਿਲਾਂ ਆ ਕੇ ਬਿਆਨ ਦਿੰਦੇ ਕਿ ਸਾਨੂੰ ਫੋਨ ਆਇਆ, ਸਾਨੂੰ ਫੋਨ ਆਇਆ, ਬਟਨ ਲੋਟਸ ਹੋਣ ਲੱਗਿਆ ਸੀਗਾ, ਕਈ ਵਿਧਾਇਕਾਂ ਨੂੰ ਫੋਨ ਆਏਗਾ। ਪਰ ਜਦੋਂ ਉਹ ਅੱਜ BJP ਜਾਂਦੇ ਤਾਂ ਸਵਾਲ ਉੱਠਣਾ ਤਾਂ ਬਿਲਕੁਲ ਜਾਇਜ਼ ਹੈਗਾ ਆ, ਕਿ ਆ ਉਸ ਦਿਨ ਤੁਸੀਂ ਝੂਠ ਬੋਲ ਰਹੇ ਸੀਗੇ ਜਾਂ ਅੱਜ ਤੁਸੀਂ ਜਿਹੜੇ ਪੈਸੇ ਲੈ ਕੇ ਤੁਸੀਂ BJP 'ਚ ਸ਼ਾਮਿਲ ਹੋਏ ਆ। ਇਹ ਦੋਨਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ ਲੋਕਾਂ ਨੂੰ। ਪਰ ਜੇ ਆਪਾਂ ਰਿੰਕੂ ਦੀ ਗੱਲ ਕਰਦੇ ਹਾਂ, ਰਿੰਕੂ ਉਸ ਦਿਨ ਵੀ ਜਦੋਂ ਅਯੋਧਿਆ ਗਏ ਸੀ ਉਹ ਕਹਿ ਰਹੇ ਸੀਗੇ ਕਿ ਮੈਂ ਨਵੀਂ ਪਾਰੀ ਸ਼ੁਰੂ ਕਰਨ ਲੱਗਿਆ ਹੈਗਾ। ਉਹਨਾਂ ਨੇ ਸਵਾਲ ਮਤਲਬ ਕਿ ਉੱਥੇ ਮਤਲਬ ਕਿ ਜਿਹੜਾ ਲੋਕਾਂ ਨੂੰ ਕੀਤਾ ਸੀਗਾ ਕਿ ਮੈਂ ਨਵੀਂ ਪਾਰੀ ਸ਼ੁਰੂ ਕਰਨ ਲੱਗਿਆ ਹੈਗਾ, ਪਰ ਬਾਅਦ ਦੇ ਵਿੱਚ ਉਹ ਰੁਕ ਜਾਂਦੇ ਆ। 10 ਦਿਨਾਂ ਬਾਅਦ ਜਦੋਂ ਆਉਂਦੀ ਗੱਲ ਪਤਾ ਲੱਗਦਾ ਕਿ ਬਾਕੀ ਹੀ ਰਿੰਕੂ ਦਾ BJP 'ਚ ਆ ਰਹੇ ਨੇ, ਔਰ ਉਹ ਦਿੱਲੀ ਜਾ ਕੇ ਜਿਹੜਾ ਹੈਗਾ BJP ਦਾ ਪੱਲਾ ਜਿਹੜਾ ਉਹ ਪੱਲਾ ਜਿਹੜਾ ਉਹ ਫੜ ਲੈਂਦੇ ਨੇ। ਅਤੇ ਇਸ ਤੋਂ ਗੱਲ ਸਾਫ਼ ਸੀਗਾ ਕਿ ਗੱਲਾਂ ਕਾਫ਼ੀ ਪੁਰਾਣੀਆਂ ਚੱਲ ਰਹੀਆਂ ਸੀਗੀਆਂ, ਇਹ ਨਹੀਂ ਕਿ ਇੱਕ ਦਿਨ ਦੀ ਡਿਵੈਲਪਮੈਂਟ ਹੈਗੀ ਹੈ, ਇਹ ਕਾਫ਼ੀ ਪੁਰਾਣੀ ਡਿਵੈਲਪਮੈਂਟ ਚੱਲਦੀ ਸੀਗੀ। ਜਿਹੜੇ ਸ਼ੀਤਲ ਸੀਗੇ ਆਮ ਆਦਮੀ ਪਾਰਟੀ ਦੇ ਇਕਲੌਤੇ ਜਿਹੜੇ ਲੋਕ ਸਭਾ ਦੇ ਮੈਂਬਰ ਸੀਗੇ ਜਿਹੜੇ ਉੱਥੇ ਜਿੱਤ ਕੇ ਗਏ ਸੀਗੇ, ਤਾਂ ਉਹਨਾਂ ਨੂੰ ਲੈ ਕੇ ਹੋ ਸਕਦਾ ਕਿ BJP ਜਿਹੜੇ ਲੋਕ ਨੇ ਉਹਨਾਂ ਦੇ ਚਰਚੇ 'ਚ ਹੋਣ, ਕਿਉਂਕਿ ਕਾਂਗਰਸ ਤੋਂ ਪਹਿਲਾਂ ਆਮ ਆਦਮੀ ਪਾਰਟੀ 'ਚ ਆਏ ਸੀਗੇ। BJP ਨੂੰ ਲੱਗਦਾ ਹੋਊਗਾ ਕਿ ਹੁਣ ਆਮ ਆਦਮੀ ਪਾਰਟੀ ਤੋਂ ਸਾਡੇ ਪਾਰਟੀ 'ਚ ਵੀ ਆ ਸਕਦੇ ਆ, ਇਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਉਮੀਦਵਾਰਾਂ ਦੀ, ਕਿਉਂਕਿ BJP ਇਕੱਲੇ ਜਿਹੜਾ ਇਲੈਕਸ਼ਨ ਲੜ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਦਾ, ਤਾਂ ਉਹਨਾਂ ਨੂੰ ਵੀ ਆਪਣੇ ਉਮੀਦਵਾਰ ਚਾਹੀਦੇ ਤੇ, ਇਸ ਕਰਕੇ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਸ਼ਾਮਿਲ ਕੀਤਾ। ਔਰ ਹੋ ਸਕਦਾ ਕਿ ਰਿੰਕੂ ਉਹਨਾਂ ਨੇ ਵੀ ਇਹ ਦੇਖਿਆ ਹੋਵੇ ਕਿ ਪਾਰਟੀ ਜਿਹੜੀ ਸਰਕਾਰ ਜਿਹੜੀ ਹੈਗੀ ਹੈ ਕਿਹੜੀ ਕੰਮ ਕਰ ਰਹੀ ਹੈ ਅਤੇ ਕਿਸ ਤਰ੍ਹਾਂ ਦਾ ਮਾਹੌਲ ਆਉਣ ਵਾਲੇ ਟਾਈਮ 'ਚ ਬਣ ਰਿਹਾ ਹੈਗਾ, ਉਹਨੂੰ ਦੇਖਦੇ ਉਹਨਾਂ ਵੀ ਆਪਣਾ ਜਿਹੜਾ ਹਿਰਦੇ ਪਰਿਵਰਤਨ ਕਰ ਲਿਆ। ਪਰ ਜੋ ਗੱਲ ਵੀ ਹੋਈ ਹੈ, ਪਰ ਉਹ ਸਵਾਲ ਉੱਠਣੇ ਦੋਨਾਂ ਦੇ ਉੱਪਰ ਜ਼ਰੂਰੀ ਹੈ, ਕਿਉਂਕਿ ਦੋਨੋਂ ਹੀ BJP ਦੇ ਖਿਲਾਫ਼ ਜਿਹੜੇ ਸੀਗੇ ਮੁੱਖਰ ਹੋ ਕੇ ਬੋਲਦੇ ਸੀਗੇ, ਹਰ ਕੋਈ ਵੀ ਮੌਕਾ ਨਹੀਂ ਛੱਡਦੇ ਸੀਗੇ ਕਿਤੇ BJP ਨੂੰ ਜਿੱਥੇ ਭੰਡਣਾ ਪੈਂਦਾ ਸੀਗਾ। ਪਰ BJP ਨੇ ਤਾਂ ਦੇਖੋ ਟਿਕਟ ਦੇਣੀ ਹੈ ਪਰ ਨਹੀਂ ਦੇਣੀ, ਪਰ ਆਮ ਆਦਮੀ ਪਾਰਟੀ ਨੇ ਤਾਂ ਰਿੰਕੂ ਨੂੰ ਟਿਕਟ ਦਿੱਤੀ ਸੀ ਨਾ, ਇਹ ਬਹੁਤ ਵੱਡੀ ਚੀਜ਼ ਹੈ। ਕਾਂਗਰਸ ਵੀ ਇਸ 'ਤੇ ਹੁਣ ਸਵਾਲ ਖੜ੍ਹੇ ਕਰ ਰਹੀ ਹੈ। ਚਰਨਜੀਤ ਚੰਨੀ ਦਾ ਬਿਆਨ ਵੀ ਕਾਫ਼ੀ ਚਰਚਿਤ ਹੈ ਕਿ ਇਹਨਾਂ ਲੀਡਰਾਂ 'ਤੇ ਕਿਸੇ ਨੇ ਭਰੋਸਾ ਨਹੀਂ ਕਰਨਾ, ਆਖਿਰਕਾਰ ਜਿਹੜੇ ਇਸ ਤਰੀਕੇ ਨਾਲ ਬੇਵਫਾਈ ਕਰਦੇ ਹੈ। ਬਿਲਕੁਲ, ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ, ਉਹ ਓਪਰੇਸ਼ਨ ਲੋਟਸ ਦੀ ਗੱਲ ਹਰ ਵਾਰ ਕਰਦੇ ਆ, ਹਰ ਵਿਧਾਨ ਸਭਾ 'ਚ ਕਰਦੇ ਆ, ਹਰ ਮੰਚ ਤੋਂ ਕਰਦੇ ਆ। ਉਹ ਇਹ ਵੀ ਪੁੱਛਦੇ ਨੇ ਕਿ ਆਖਿਰਕਾਰ ਇਸ ਜਾਂਚ ਦਾ ਬਣਿਆ ਕੀ,
ਵੀ ਜਾਂਚ ਹੋਈ ਜਾਂ ਨਹੀਂ ਹੋਈ ਹੈਗੀ। ਅਗਰ ਜਾਂਚ ਹੋਈ ਹੁੰਦੀ, ਅਗਰ ਇਹ ਸੱਚੇ ਹੈਗੇ ਆ, ਤਾਂ ਇਹਨਾਂ ਨੂੰ ਜਿਹੜੇ ਲੀਡਰਾਂ ਵੱਲੋਂ ਫੋਨ ਆਏ ਸੀਗੇ, ਤਾਂ ਚਾਹੇ ਸ਼ੀਤਲ ਦੀ ਗੱਲ ਕਰੀਏ ਤਾਂ ਅਗਰ ਸਵਾਲ ਇਹ ਕਿ ਆਖਰ ਜਾਂਚ ਕਿਉਂ ਨਹੀਂ ਹੋ ਰਹੀ, ਇਸ ਦੇ ਵਿੱਚ ਦਿੱਕਤ ਪਰੇਸ਼ਾਨੀ ਕਿੱਥੇ ਹੈ? ਦੇਖੋ, ਜਾਂਚ ਦੀ ਗੱਲ ਕਰਦੀ ਹਾਂ, ਸਰਕਾਰ ਨੇ ਆਪਣੇ ਹਿਸਾਬ ਨਾਲ ਜਾਂਚ ਕਰਨੀ ਸੀਗੀ ਕਿ ਜਾਂਚ ਕੀਤੀ ਵੀ ਜਾ ਰਹੀ ਹੈ ਅਤੇ ਬਿਜ਼ਨਸ ਕੋਲ ਸ਼ਿਕਾਇਤ ਵੀ ਗਈ ਸੀਗੀ, ਪਰ ਇਹਦਾ ਪ੍ਰਣਾਮ ਨਹੀਂ ਨਿਕਲਿਆ। ਆਪਾਂ ਕਹਾਂਗੇ ਕਿ ਜੋ ਜਾਂਚ ਹੋ ਰਹੀ ਆ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਹੈਗਾ, ਕਿਉਂਕਿ ਸਰਕਾਰ ਨੇ ਆਪਣੇ ਹਿਸਾਬ ਨਾਲ ਕਰਦੇ ਹੁੰਦੇ, ਕਈ ਵਾਰੀ ਕੋਈ ਜਿਹੜਾ ਪੁਲਿਸ ਅਫਸਰ ਨੇ ਉਹਨਾਂ ਨੂੰ ਆਰਡਰ ਕਰ ਦਿੰਦੇ ਆ, ਉਸ ਤੋਂ ਅੱਗੇ ਕਾਰਵਾਈ ਹੁੰਦੀ ਆ ਨਹੀਂ ਹੁੰਦੀ, ਇਹ ਆਉਣ ਵਾਲੇ ਟਾਈਮ ਪਤਾ ਚੱਲੇਗਾ। ਪਰ ਇਹ ਗੱਲ ਸਾਫ਼ ਸੀਗੀ ਕਿ ਓਪਰੇਸ਼ਨ ਲੋਟਸ ਜਿਹੜਾ ਹੈਗਾ ਹਰ ਮਤਲਬ ਕਿ ਪੰਜਾਬ ਦੀ ਰਾਜਨੀਤੀ ਵਿੱਚ ਜਾਂ ਦੇਸ਼ ਦੀ ਰਾਜਨੀਤੀ ਗਈ ਹੈ, ਉਹਦੇ ਵਿੱਚ ਉਸ ਟਾਈਮ ਚਰਚਾ ਜਾਂਦਾ ਜਦੋਂ ਕੋਈ ਨਾ ਕੋਈ ਵੱਡਾ ਲੀਡਰ ਬੀਜੇਪੀ ਸ਼ਾਮਿਲ ਹੁੰਦਾ ਹੈਗਾ, ਅਤੇ ਇਹ ਦੱਸਿਆ ਜਾਂਦਾ ਕਿ ਇਹ ਡਰ ਕੇ ਸ਼ਾਮਿਲ ਹੋਏ ਆ, ਇਹਨਾਂ ਨੂੰ ਡਰ ਹੈਗਾ। ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਸਵਾਲ ਹੈ ਉਹ ਕਿਸੇ ਨੇ ਇਸ ਲਈ ਵਾਰ ਵਾਰ ਕਰਦੇ ਨੇ, ਉਹ ਚਾਹੁੰਦੇ ਨੇ ਕੀ ਬਣਿਆ, ਤੁਸੀਂ ਕਹਿੰਦੇ ਸੀ ਓਪਰੇਸ਼ਨ ਲੋਟਸ ਹੋਇਆ ਹੈਗਾ, ਤਾਂ ਓਪਰੇਸ਼ਨ ਲੋਟਸ ਹੈ ਕਿੱਥੇ ਹੈਗੇ? ਹਰ ਵਾਰ ਹਰ 6 ਮਹੀਨੇ ਬਾਅਦ ਵੀ ਕਹਿੰਦੇ, ਹਰ 6 ਮਹੀਨੇ ਬਾਅਦ ਹੀ ਗੱਲ ਆਉਂਦੀ ਹੈ, ਪਰ ਉਹਦੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ। ਸ਼ੀਤਲ ਵਾਸਤੇ ਤੁਹਾਡੀ ਗੱਲ ਕਰਦੇ ਹਾਂ, ਉਹ ਬਾਜਵਾ ਸਾਹਿਬ ਵੀ ਕਹਿੰਦੇ ਆ, ਚਾਹੇ ਚੰਨੀ ਸਾਹਿਬ ਦੀ ਗੱਲ ਕਰੀਏ, ਵੀ ਜਿਹੜੇ ਦਲ ਬਦਲੂ ਹੈ, ਆਪਾਂ ਕਹੀਏ ਜਿਹੜੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂਦੇ ਆ, ਉਹਦਾ ਕੋਈ ਭਵਿੱਖ ਨਹੀਂ ਹੁੰਦਾ, ਉਹ ਇਹ ਕਹਿਣਾ ਚਾਹੁੰਦੇ ਆ। ਪਰ ਹੁਣ ਆਉਣ ਵਾਲੇ ਟਾਈਮ ਪਤਾ ਲੱਗੂਗਾ ਕਿ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਆ, ਇਹਨਾਂ ਨੂੰ ਵਾਕਈ ਨਕਾਰਿਆ ਜਾਂਦਾ ਜਾਂ ਵਾਕਈ ਇਹ ਜੋ ਇਹਨਾਂ ਨੇ ਫੈਸਲਾ ਦਿੱਤਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਸਫਲ ਸਾਬਤ ਹੋਵੇਗਾ। ਪਰ ਆਹ ਤਸਵੀਰ ਵੀ ਅਸੀਂ ਦਿਖਾ ਰਹੇ ਜੋ ਸਭ ਆ, ਤਸਵੀਰ 'ਤੇ ਚਾਨਣਾ ਪਾਓ, ਰਵਨੀਤ ਬਿੱਟੂ ਬੈਨ ਸਿੰਘ ਦੇ ਪੋਤੇ, ਕਾਂਗਰਸ 'ਚ ਵੱਡਾ ਆਧਾਰ ਰੱਖਦੇ ਸਿਟਿੰਗ ਐਮ ਪੀ, ਇਹ ਵੀ ਬੀਜੇਪੀ ਦੇ ਵਿੱਚ ਚਲੇ ਗਏ। ਚਲੋ ਠੀਕ ਹੈ, ਉਹਨਾਂ ਦੀ ਮਰਜ਼ੀ ਹੈ, ਨਿੱਜੀ ਫੈਸਲੇ ਨੇ, ਜ਼ਾਤੀ ਫੈਸਲੇ 'ਤੇ ਕੋਈ ਸਵਾਲ ਚੁੱਕਿਆ ਜਾਣਾ ਬਹੁਤਾ ਮੁਨਾਸਿਬ ਨਹੀਂ ਹੈ। ਪਰ ਜੋਸ਼ੀ ਜੀ, ਬਿਆਨ ਦੇਖੋ ਕੀ ਦਿੱਤਾ ਬਿੱਟੂ ਨੇ ਕਿ ਦਿੱਲੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਸਰਕਾਰ ਡੇਗ ਦਿੱਤੀ ਜਾਏਗੀ ਜਾਂ ਡਿੱਗੇਗੀ। ਇਸ ਬਿਆਨ 'ਤੇ ਪੜਚੋਲ ਕਰੋ ਕਿ ਆਖਿਰਕਾਰ ਬਿੱਟੂ ਕੀ ਕੁਛ ਕਹਿਣਾ ਚਾਹੁੰਦੇ ਸੀ ਜਾਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਅਚਾਨਕ ਉਹ ਚੀਜ਼ ਨਿਕਲ ਗਈ ਜਿਹੜਾ ਇੱਕ ਬਲਿਊ ਪ੍ਰਿੰਟ ਤਿਆਰ ਸੀ। ਦੇਖੋ, ਬਿੱਟੂ ਉਹਨਾਂ ਦਾ ਜਿਹੜਾ ਫੈਸਲਾ ਸੀਗਾ, ਵਾਕਈ ਉਹਨੇ ਸਭ ਨੂੰ ਜਿਹੜੇ ਕੋਈ ਵੀ ਹੈਗੇ ਜਿਹੜੇ ਰਾਜਨੀਤਿਕ ਜਾਣ ਵਾਲੇ ਲੋਕ ਨੇ, ਉਹਨਾਂ ਨੂੰ ਚੌਂਕਾਇਆ ਕਿ ਇੱਕਦਮ 'ਤੇ ਉਹਨਾਂ ਦਾ ਜਿਹੜਾ ਹੈ ਬੀਜੇਪੀ ਸ਼ਾਮਿਲ ਹੋਣਾ, ਔਰ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਬੀਜੇਪੀ ਸ਼ਾਮਿਲ ਹੋ ਰਹੇ ਹੈ। ਜਦੋਂ ਗੱਲ ਆਉਂਦੀ ਹੈ ਤਾਂ ਉਸ ਤੋਂ ਹੀ ਬਾਅਦ ਹੀ ਪਤਾ ਚੱਲਦਾ ਕਿ ਬਿੱਟੂ ਬੀਜੇਪੀ ਸ਼ਾਮਿਲ ਹੋ ਗਏ ਨੇ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਬਿੱਟੂ ਕੋਈ ਨਾ ਕੋਈ ਵੱਡਾ ਬਿਆਨ ਦੇਣ ਵਾਸਤੇ ਚਰਚਾ 'ਚ ਬਣੇ ਰਹਿਣ ਵਾਸਤੇ ਕੋਈ ਨਾ ਕੋਈ ਵੱਡਾ ਬਿਆਨ ਦਿੰਦੇ ਰਹਿੰਦੇ ਨੇ, ਕਿਉਂਕਿ ਚਾਹੇ ਕਦੀ ਵੀ ਗੱਲ ਕੀਤੀ ਜਾਵੇ, ਚਾਹੇ ਕਿਸਾਨ ਉਹਨਾਂ ਦੀ ਗੱਲ ਕੀਤੀ ਜਾਵੇ, ਚਾਹੇ ਜਦੋਂ ਕਾਂਗਰਸ ਸੀ ਉਸ ਟਾਈਮ ਦੀ ਗੱਲ ਕੀਤੀ ਜਾਵੇ, ਚਾਹੇ ਕੋਈ ਵੱਡੀ ਪ੍ਰਚਾਰ ਪ੍ਰਚਾਰ ਦੀ ਗੱਲ ਹੁੰਦੀ ਤਾਂ ਉਸ ਟਾਈਮ ਦੇਖੀ ਜਾਵੇ, ਹੁਣ ਉਹ ਬੀਜੇਪੀ 'ਚ ਨਵੇਂ ਨਵੇਂ ਸ਼ਾਮਿਲ ਹੁੰਦੇ, ਇਸ ਕਰਕੇ ਉਹ ਇਸ ਗੱਲ ਨੂੰ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜੀ ਬੀਜੇਪੀ ਹੈਗੀ ਹੈ ਉਹੀ ਵੱਡੀ ਪਾਰਟੀ ਹੈਗੀ ਹੈ, ਉਹੀ ਦੇਸ਼ ਨੂੰ ਚਲਾ ਸਕਦੀ ਹੈਗੀ ਹੈ, ਅਤੇ ਇੱਕ ਮਤਲਬ ਕਿ ਇੱਦਾਂ ਦਾ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਬੀਜੇਪੀ ਹੈਗੀ ਹੈ ਉਹ ਹੋਵੇਗੀ। ਜੋਸ਼ੀ ਜੀ, ਇਹ ਹੋਇਆ ਕਿ ਜਾਂ ਤਾਂ ਲੋਕ ਵੋਟ ਆ ਜਿਹੜੀ ਇੱਕ ਵਿਅਕਤੀ ਨੂੰ ਪਾਉਂਦੇ ਨੇ, ਕਿਉਂਕਿ ਉਸ ਵਿਅਕਤੀ ਦਾ ਆਧਾਰ ਵੱਡਾ ਹੁੰਦਾ ਲੋਕਾਂ ਦੇ ਵਿੱਚ, ਜਾਂ ਫਿਰ ਪਾਰਟੀ ਦੇ ਨਾਮ 'ਤੇ ਵੋਟਾਂ ਪੈਂਦੀਆਂ ਨੇ, ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਪਈਆਂ ਸੀ, ਕੋਈ ਵੀ ਖੜਾ ਹੋਇਆ ਉਹ ਜਿੱਤ ਗਿਆ। ਪਰ ਜਿਵੇਂ ਹੀ ਇਹ ਲੋਕ ਪਲਟੀ ਮਾਰ ਲੈਂਦੇ ਨੇ, ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ, ਜਾਂ ਕਈ ਸਟੇਟਸ ਦੇ ਵਿੱਚ ਹੋਇਆ ਕਿ ਵਿਧਾਇਕ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਉੱਥੇ ਸਰਕਾਰ ਡੇਗੀ, ਉਸ ਬੀਜੇਪੀ ਦੀ ਸਰਕਾਰ ਬਣ ਗਈ, ਤਾਂ ਫਿਰ ਲੋਕ ਭਰੋਸਾ ਕਿਉਂ ਕਰਨਗੇ ਕਿਸੇ 'ਤੇ ਵੀ? ਲੋਕਾਂ ਦੇ ਨਾਲ ਧੋਖਾ ਨਹੀਂ ਹੈ? ਦੇਖੋ, ਮੈਂ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਵਿਅਕਤੀ, ਹੁਣ ਸਾਰੇ ਦੇਸ਼ ਵਿੱਚ ਜਿਹੜੀ ਬੀਜੇਪੀ ਕਿ ਇਸ ਟਾਈਮ ਨਰਿੰਦਰ ਮੋਦੀ ਦੇ ਨਾਂ ਦੇ ਉੱਪਰ ਵੋਟਾਂ ਲੋਕਾਂ ਤੋਂ ਲੈ ਰਹੀ ਹੈਗੀ ਹੈ, ਅਤੇ ਇੱਕ ਵਿਅਕਤੀ ਦੇ ਨਾਂ 'ਤੇ ਵੋਟ ਪੈ ਰਹੀ ਹੈਗੀ ਹੈ, ਇਸ ਤਰ੍ਹਾਂ ਪਾਰਟੀ ਦੇ ਨਾਂ 'ਤੇ ਵੋਟ ਪੈਂਦੀ। ਜਦੋਂ ਪੰਜਾਬ 'ਚ ਆਇਆ ਤਾਂ ਬਦਲਾਵ ਦੇ ਨਾਮ 'ਤੇ ਵੋਟ ਕੀਤੀ, ਭਾਈ ਸਭ ਨੇ ਸੋਚਿਆ ਕਿ ਕਾਂਗਰਸ ਵੀ ਦੇਖੀ, ਅਕਾਲੀ ਦਲ ਵੀ ਦੇਖਿਆ, ਹੁਣ ਇੱਕ ਵਾਰ ਇੱਕ ਨਵੀਂ ਪਾਰਟੀ ਉਹ ਵੀ ਦੇਖੀ, ਅਤੇ ਉਹਨਾਂ ਨੂੰ ਦੇਖਿਆ 92% ਜਿਤਾ ਕੇ ਲੋਕਾਂ ਨੇ ਭੇਜੇ ਸੀਗੇ। ਪਰ ਇਹ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਹਰ ਚੀਜ਼ ਨੂੰ ਵਾਚ ਕਰ ਦਿੰਦੇ ਅਤੇ ਸਮਾਂ ਆਉਣ ਦੇ ਉੱਪਰ ਉਹਦਾ ਜਵਾਬ ਦਿੰਦੇ ਆ। ਪਰ ਜਿਹੜੀ ਰਾਜਨੀਤੀ ਹੈਗੀ ਹੈ ਉਹ ਆਂਕੜਿਆਂ ਦਾ ਖੇਲ ਹੈ, ਜਿਹਦੇ ਕੋਲ ਆਂਕੜੇ ਜ਼ਿਆਦਾ ਨੇ, ਜਿਹਦੇ ਕੋਲ ਵੋਟਾਂ ਜ਼ਿਆਦਾ ਨੇ, ਜਿਹਦੇ ਕੋਲ ਵਿਧਾਇਕ ਜ਼ਿਆਦਾ ਨੇ, ਜਿਹਦੇ ਕੋਲ ਐਮ ਪੀ ਜ਼ਿਆਦਾ ਨੇ, ਉਹਦੀ ਸਰਕਾਰ ਬਣ ਜਾਂਦੀ ਹੈਗੀ ਹੈ। ਪਰ ਇਹ ਜਿਹੜਾ ਹੈਗਾ ਵੋਟਾਂ ਜਿਹੜੀ ਵੰਡ ਹੁੰਦੀ, ਜਦੋਂ ਆਪਾਂ ਇਲੈਕਸ਼ਨ ਜਾਂਦੇ ਹਾਂ ਕਿ ਲੋਕੀ ਤਾਂ ਵੋਟ ਪਾਉਂਦੇ ਹਿਸਾਬ ਨਾਲ, ਪਰ ਕਈ ਵਾਰੀ ਵੋਟਾਂ ਦੀ ਵੰਡ ਇੱਦਾਂ ਹੋ ਜਾਂਦੀ ਹੈ ਕਿ ਜਿਹੜਾ ਬੰਦਾ
ਕਹਿੰਦੇ ਨੇ ਕਿ ਜੋ ਨਹੀਂ ਜਾਂਦੇ ਹੁੰਦੇ ਉਹ ਵੀ ਬੰਦਾ ਕਈ ਵਾਰੀ ਵਿਅਕਤੀ ਜਿਹੜਾ ਹੈਗਾ ਉਹ ਜਿੱਤ ਜਾਂਦਾ, ਜਿੱਤ ਕੇ ਆ ਜਾਂਦਾ ਹੈਗਾ ਅਤੇ ਪਾਰਟੀਆਂ ਵਿੱਚ ਸ਼ਾਮਿਲ ਹੁੰਦਾ ਕਿਸੇ 'ਚ ਵੀ, ਜੇ ਆਪਾਂ ਗੱਲ ਕਰੀਏ ਕਿ ਆਪਣੇ ਲੋਕ ਸਭਾ ਜਾਂਦਾ ਜਾਂ ਵਿਧਾਨ ਸਭਾ ਜਾਂਦਾ ਹੈਗਾ, ਪਰ ਲੋਕ ਉੱਥੇ ਜਿਹੜਾ ਆਪਣੇ ਆਪ ਨੂੰ ਜਿਹੜਾ ਹੈਗਾ ਲੁੱਟਿਆ ਜਾਂ ਮਹਿਸੂਸ ਕਰਦੇ ਹਾਂ। ਪਰ ਇਹ ਗੱਲ ਸਾਫ਼ ਹੈ ਕਿ ਜੋ ਲੋਕ ਜਾ ਰਹੇ ਨੇ ਉਹਨਾਂ ਨੂੰ ਲੋਕ ਦੇਖਦੇ ਨੇ ਅਤੇ ਉਹਨਾਂ ਦਾ ਸਮਾਂ ਆਉਣ 'ਤੇ ਉਹਨਾਂ ਨੂੰ ਜਵਾਬ ਵੀ ਦਿੰਦੇ ਆ। ਅੱਜ ਦੀ ਰਾਜਨੀਤੀ ਜਿਹੜੀ ਇਸਦਾ ਦੀ ਹੈ ਕਿ ਹਰ ਇੱਕ ਪਾਰਟੀ, ਕਿਸੇ ਪਾਰਟੀ ਦੀ ਗੱਲ ਕਰੀਏ, ਹਰ ਕੋਈ ਪਾਰਟੀ ਦੂਜੀ ਪਾਰਟੀ ਦਾ ਜਿਹੜਾ ਬੰਦਾ ਹੈਗਾ ਜਾਂ ਲੀਡਰ ਹੈਗਾ ਉਹਨੂੰ ਆਪਣੀ ਪਾਰਟੀ ਸ਼ਾਮਿਲ ਕਰਵਾਉਂਦੀ ਰਹੀ ਹੈ ਅਤੇ ਇਹ ਜਿਹੜਾ ਚੱਲਣ ਹੈਗਾ ਅੱਜ ਦਾ ਨਹੀਂ ਹੈਗਾ, ਪੁਰਾਣਾ ਚੱਲ ਰਿਹਾ ਹੈਗਾ। ਪਰ ਨਤੀਜੇ ਕਈ ਵਾਰੀ ਸਫਲ ਹੁੰਦੇ ਆ, ਕਈ ਵਾਰੀ ਇਹ ਨਤੀਜੇ ਅਸਫਲ ਨਿਕਲਦੇ ਆ, ਪਰ ਲੋਕ ਸਭ ਕੁਝ ਦੇਖਦੇ ਆ, ਇਹ ਸਭ ਨੂੰ ਜਾਣਨਾ ਚਾਹੀਦਾ। ਪਰ ਇੱਕ ਚੀਜ਼ ਦੇਖੋ ਕਿ ਜਿਵੇਂ ਇਲੈਕਸ਼ਨ ਦੇ ਮੱਦੇਨਜ਼ਰ ਸਾਰੀਆਂ ਇਹ ਦਲ ਬਦਲੀਆਂ ਦਾ ਦੌਰ ਮਨੋ ਜਾਰੀ ਹੈ, ਪਰ ਸ਼ੁਰੂਆਤ ਦੇਖੋ ਕਿੱਥੋਂ ਹੋਈ ਹੈ। ਆਮ ਆਦਮੀ ਪਾਰਟੀ ਦਾ ਇਕਲੌਤਾ ਸਾਂਸਦ ਸੁਸ਼ੀਲ ਰਿੰਕੂ, ਜਿਨ੍ਹਾਂ ਨੂੰ ਪਾਸਵਰਡ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਘੱਲਿਆ, ਭੇਜਿਆ ਕਿ ਰਿੰਕੂ ਜੀ ਆ ਪਾਸਵਰਡ ਨੇ ਇੰਜ ਇੰਜ ਕਰਕੇ ਪੈਸਾ ਸੈਂਟਰ ਤੋਂ ਲੈ ਕੇ ਆਉਣਾ ਹੈ। ਉਹ ਪਾਸਵਰਡ ਸਮੇਤ, ਨਵੀਂ ਟਿਕਟ ਸਮੇਤ ਰਿੰਕੂ ਆਮ ਆਦਮੀ ਪਾਰਟੀ ਤੋਂ ਚਲੇ ਗਏ। ਆਮ ਆਦਮੀ ਪਾਰਟੀ ਦੇ ਲੋਕਲ ਕੈਡਰ ਦੇ ਵਰਕਰਾਂ ਨੂੰ ਹਾਲਾਂਕਿ ਮਲਾਲ ਬਹੁਤ ਵੱਡਾ ਹੈ ਕਿ ਜਨਾਬ ਟਿਕਟ ਤਾਂ ਜ਼ਰੂਰ ਤੁਸੀਂ ਵਾਪਸ ਕਰਨੀ ਸੀ ਜਿਹੜੀ ਤੁਹਾਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਸੀ, ਬੜੇ ਮਾਣ ਨਾਲ ਦਿੱਤੀ ਸੀ, ਬੜੇ ਪਿਆਰ ਨਾਲ ਟਿਕਟ ਦਿੱਤੀ ਸੀ ਤੁਹਾਨੂੰ। ਪਰ ਮਨੋਜ, ਦੋ ਚੀਜ਼ਾਂ ਦੇਖੋ, ਲੋਕ ਸਭਾ ਦੇ ਵਿੱਚ ਸਿਰਫ ਇਕਲੌਤਾ ਸਾਂਸਦ ਸੁਸ਼ੀਲ ਰਿੰਕੂ, ਉਹ ਖਾਨਾ ਖਾਲੀ, 92 ਵਿਧਾਇਕਾਂ ਦੇ ਵਿੱਚੋਂ ਇੱਕ ਦੇ ਰੁਖਸਤਗੀ, ਵਿਧਾਨ ਸਭਾ ਦੇ ਕਸਟੋਡੀਅਨ ਕੁਲਤਾਰ ਸਿੰਘ ਸੰਧਵਾ ਨੂੰ ਅਸਤੀਫਾ, ਯਾਨੀ ਕਿ ਗਿਣਤੀ ਘਟਣ ਦੀ ਸ਼ੁਰੂਆਤ। ਇਸ ਦਾ ਐਂਡ ਪੁਆਇੰਟ ਕਿਹੜਾ ਹੋਏਗਾ, ਖਾਸ ਕਰਕੇ ਵਿਧਾਨ ਸਭਾ ਪੰਜਾਬ ਦੀ ਜੇ ਅਸੀਂ ਗੱਲ ਕਰੀਏ? ਦੇਖੋ, ਰਿੰਕੂ ਉਹਨਾਂ ਦੀ ਗੱਲ ਹੈਗੀ ਜਿਹੜੀ ਟਿਕਟ ਲੈ ਕੇ, ਵਾਕਈ ਹੀ ਬਹੁਤ ਜ਼ਿਆਦਾ ਚੁਕਾਉਣੇ ਵਾਲੀ ਗੱਲ ਸੀਗੀ। ਬਹੁਤ ਲੋਕਾਂ ਨੂੰ ਜਿਹੜਾ ਇਸ ਚੀਜ਼ ਨੇ ਪਰੇਸ਼ਾਨ ਕੀਤਾ ਹੋਊਗਾ, ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਨਾਲ ਜੁੜੇ ਹੋਏ ਸੀਗੇ ਕਿ ਰਿੰਕੂ ਉਹਨਾਂ ਨੂੰ ਟਿਕਟ, ਸਭ ਤੋਂ ਪਹਿਲਾਂ ਟਿਕਟ ਰਿੰਕੂ ਦਾ ਐਲਾਨ ਕੀਤਾ ਗਿਆ, ਸੁਸ਼ੀਲ ਰਿੰਕੂ ਦਾ। ਪਰ ਜੇ ਸੁਸ਼ੀਲ ਰਿੰਕੂ ਦਾ ਇਤਿਹਾਸ ਦੇਖਿਆ ਤਾਂ ਕੋਈ ਪਹਿਲਾਂ ਵੀ ਉਹ ਕਾਂਗਰਸ ਤੋਂ ਆਏ ਸੀਗੇ, ਕਾਂਗਰਸ ਤੋਂ ਆ ਕੇ ਆਮ ਆਦਮੀ ਪਾਰਟੀ 'ਚ ਆਉਂਦੇ ਅਤੇ ਆਮ ਆਦਮੀ ਪਾਰਟੀ 'ਚੋਂ ਕਿਸੇ ਅੱਗੇ ਚਲੇ ਜਾਣ, ਤਾਂ ਇਹਨੂੰ ਕੋਈ ਉਹ ਨਹੀਂ ਹੈਗਾ। ਪਰ ਇਹ ਗੱਲ ਸਾਫ਼ ਸੀਗੀ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੇ ਉੱਪਰ ਇਹ ਕੋਈ ਵਿਸ਼ਵਾਸ ਨਹੀਂ ਹੈ ਕਿ ਰਿੰਕੂ ਸਾਨੂੰ ਛੱਡ ਕੇ ਜਾ ਸਕਦੇ, ਕਿਉਂਕਿ ਸਭ ਤੋਂ ਪਹਿਲਾਂ ਟਿਕਟ ਉਹਨਾਂ ਦਾ ਐਲਾਨ ਕੀਤਾ ਗਿਆ ਸੀਗਾ। ਹੁਣ ਇਹ ਕੀ ਕਰ ਰਹੇ ਨੇ, ਉਹਨੂੰ ਕੋਈ ਕੀ ਉਹਨਾਂ ਦੇ ਮਨ 'ਚ ਗੱਲ ਆਈ ਹੈ, ਇਹ ਤਾਂ ਆਉਣ ਵਾਲੇ ਟਾਈਮ 'ਚ ਗੱਲਾਂ ਸਾਫ਼ ਹੋ ਜਾਣਗੀਆਂ। ਪਰ ਇਹ ਗੱਲ ਸਾਫ਼ ਹੈ ਕਿ ਰਿੰਕੂ ਜਿਹੜਾ ਹੈਗਾ ਜਾਣਾ, ਉਹ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਝਟਕਾ ਸੀਗਾ ਅਤੇ ਉਸ ਨੂੰ ਲੈ ਕੇ ਹੀ ਜਿਹੜੇ ਤੁਸੀਂ ਦੇਖੋਗੇ ਕਿ ਜਲੰਧਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਜਾਂ ਆਪਾਂ ਕਹੀਏ ਉਹਨਾਂ ਨਾਲ ਜੁੜੇ ਹੋਏ ਲੋਕ ਸੀਗੇ ਜਾਂ ਆਮ ਜਨਤਾ ਹੈਗੀ, ਉਹ ਵਿਰੋਧ ਤੁਹਾਨੂੰ ਕਰਦੇ ਹੋਏ ਦਿਖਾਈ ਦਿੱਤੀ ਹੈਗੀ, ਕਾਲੀਆਂ ਝੰਡੀਆਂ ਦਿਖਾਉਂਦੀ ਹੈ। ਝਟਕਾ ਜਾਂ ਆਪਾਂ ਇਹ ਕਹਿ ਲਈਏ ਕਿ ਜੋ MLAs ਨੇ ਜਾਂ ਫਿਰ ਜੋ ਸੰਸਦ ਸੀ, ਉਹਨਾਂ ਦਾ ਵਿਸ਼ਵਾਸ ਨਹੀਂ ਬਣ ਪਾਇਆ ਪਾਰਟੀ ਵਿੱਚ, ਕਿਉਂਕਿ ਇਲਜ਼ਾਮ ਸ਼ੀਤਲ ਅੰਗੂਰਾਲ ਅਤੇ ਸੁਸ਼ੀਲ ਰਿੰਕੂ ਇਹ ਲਗਾ ਰਹੇ ਨੇ ਕਿ ਅਸੀਂ ਜੋ ਕਿਹਾ ਸਾਡੇ ਕੰਮ ਹੀ ਨਹੀਂ ਹੋਏ। ਦੇਖੋ, ਇਹ ਤਾਂ ਲਗਾ ਰਹੇ ਨੇ, ਜੋ ਕਹਿ ਰਹੇ ਨੇ, ਇਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਬੰਦਾ ਪਾਰਟੀ ਛੱਡ ਕੇ ਜਾਂਦਾ ਤਾਂ ਉਹਦਾ 100% ਇਹੀ ਹੁੰਦਾ ਕਿ ਜਿਸ ਨੂੰ ਛੱਡ ਕੇ ਆ ਰਿਹਾ ਉਹਦੇ ਉੱਪਰ ਇਲਜ਼ਾਮ ਹੀ ਲਗਾਉਂਦਾ ਹੈ। ਪਰ ਆਮ ਆਦਮੀ ਪਾਰਟੀ ਗੱਲ ਕਰੀਏ, ਉਹ ਸਪਸ਼ਟ ਗੱਲ ਕੀਤੀ ਹੈ ਕਿ ਜੋ ਸਾਨੂੰ ਡਰ ਸੀਗਾ ਕਿ ਜੋ ਇੱਥੇ ਵੀ ਦੇਖਣਾ ਜ਼ਰੂਰੀ ਹੈ ਨਾ ਕਿ ਜਿਹੜੇ ਸ਼ੀਤਲ ਉਂਗਰਾਲ ਕਹਿ ਰਹੇ ਨੇ, ਠੀਕ ਹੈ ਅਸੀਂ ਕਿਸੇ ਦਾ ਪੱਖ ਨਹੀਂ ਪੂਰੇ ਨਾ ਕਿਸੇ ਦੇ ਸਵਾਲ ਚੱਕ ਰਹੇ, ਪਰ ਉਹਨਾਂ ਬਿਆਨਾਂ 'ਤੇ ਐਨਾਲਿਸਿਸ ਕਰਨਾ ਜ਼ਰੂਰ ਬਣਦਾ ਹੈ। ਜਿਹੜੇ ਸ਼ੀਤਲ ਉਂਗਰਾਲ ਬਾਈ ਇਲੈਕਸ਼ਨ ਜਦੋਂ ਸੁਸ਼ੀਲ ਰਿੰਕੂ ਦੇ ਹੱਕ 'ਚ ਵੋਟਾਂ ਮੰਗ ਰਹੇ ਸੀ, ਉਸ ਵੇਲੇ ਸਾਡਾ ਕੰਮ ਬੋਲਦਾ ਹੈ ਦਾ ਨਾਰਾ ਲਾ ਕੇ ਵੋਟਾਂ ਮੰਗਦੇ ਸੀ, ਆਖਿਰਕਾਰ ਇੰਨੇ ਜਲਦ ਹਿਰਦੇ ਪਰਿਵਰਤਨ, ਇਹ ਵੀ ਬਹੁਤ ਕੁਛ ਮਾਇਨੇ ਰੱਖਦਾ। ਪਰ ਮਨੋਜ, ਫਿਰ ਸਵਾਲ ਉਹੀ ਹੈ, ਜੇ 92 ਵਿਧਾਇਕਾਂ ਦੇ ਵਿੱਚੋਂ ਇੱਕ ਨੇ ਅਸਤੀਫਾ ਦਿੱਤਾ ਹੈ, ਗਿਣਤੀ ਘਟਣ ਦੀ ਸ਼ੁਰੂਆਤ ਕਹੀਏ ਜਾਂ ਇਸ ਨੂੰ ਇੱਕ ਸਿਆਸੀ ਹਵਾਬਾਜ਼ੀ ਕਹੀਏ ਜਾਂ ਇਸ ਪੂਰੇ ਮਸਲੇ 'ਤੇ ਕਹੀਏ, ਇਸ ਨੂੰ ਕਿਹੜੇ ਸ਼ਬਦ ਢੁੱਕਵਾਂ ਇਸ ਨੂੰ ਬਿਆਨ ਕਰ ਸਕਦੇ ਹਾਂ ਕਿ ਆਖਿਰ ਇਸਦਾ ਐਂਡ ਪੁਆਇੰਟ ਕਿਹੜਾ ਹੈ? ਜਾਂ ਇੱਕ ਤਰੀਕੇ ਦਾ ਇਲੈਕਸ਼ਨ ਆਈਵੋਟ ਸੀ, ਇੱਕ ਜ਼ੋਰ ਅਜ਼ਮਾਇਸ਼ੀ ਇੱਕ ਸਿਆਸੀ ਜਮਾਤ ਦੇ ਵੱਲੋਂ ਜਿਹੜੀ ਦੂਜੀ ਸਿਆਸੀ ਜਮਾਤ 'ਤੇ ਕੀਤੀ ਗਈ।
ਦੇਖੋ ਕ੍ਰਿਸ਼ਨ, ਇਹ ਬਿਲਕੁਲ ਸਪਸ਼ਟ ਹੈ ਕਿ ਜੋ ਇਹ ਦੋਨੋਂ ਗਏ ਨੇ, ਹੋ ਸਕਦਾ ਕਿ ਪਾਰਟੀ ਦੇ ਅੰਦਰ ਕੋਈ ਇਹਨਾਂ ਨੂੰ ਮੁਸ਼ਕਲ ਹੋਵੇ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਨਾ ਮੰਨੀ ਗਈ ਹੋਵੇ, ਕੋਈ ਇਹਨਾਂ ਦੀ ਆਪਸ ਦੇ ਵਿੱਚ ਉੱਥੇ ਜਿਹੜੀ ਸੀਗੀ ਮਨ ਮੁਟਾਵ ਚੱਲਦਾ ਹੋਵੇ, ਇੱਕ ਕਾਰਨ ਤਾਂ ਹੋ ਸਕਦਾ। ਦੂਜਾ ਇਹ ਸੀਗਾ ਕਿ ਉਹਨਾਂ ਨੇ ਦੇਖਿਆ ਕਿ ਇਸ ਟਾਈਮ ਜਿਹੜੀ ਹੈਗੀ ਹੈ ਜਿਹੜੀ ਬੀਜੇਪੀ ਹੈਗੀ ਹੈ ਉਹਨਾਂ ਦਾ ਪੱਲਾ ਫੜਿਆ ਜਾਵੇ, ਕਿਉਂਕਿ ਪੰਜਾਬ ਦੇ ਬੀਜੇਪੀ ਬਹੁਤ ਸਾਰੇ ਲੀਡਰਸ ਜਿਹੜੇ ਨੇ ਉਹ ਲੱਭਦੀ ਹੈਗੀ ਹੈ, ਉਹਨਾਂ ਨੂੰ ਚਾਹੇ ਆਪਣੇ ਕੋਲ ਬੰਦੇ ਹੈਗੇ ਨੇ, ਉਹਨਾਂ ਕੋਲ ਆਪਣੇ ਉਮੀਦਵਾਰ ਹੈਗੇ ਨੇ, ਪਰ ਫਿਰ ਵੀ ਕੋਈ ਵਿਜੇਤਾ ਜਿਹੜਾ ਜਿਹੜਾ ਬੰਦਾ ਜਿੱਤ ਸਕਦਾ ਹੋਵੇ ਜਾਂ ਲੱਗਦਾ ਹੋਵੇ ਕਿ ਇਹਦੇ ਕੋਲ ਵੋਟਾਂ ਨਾਲ ਜੁੜੀਆਂ ਹੋਈਆਂ, ਇਹੋ ਜਿਹੇ ਬੰਦੇ ਨੂੰ ਤਲਾਸ਼ ਸਕੀ ਅਤੇ ਉਸ ਦੇ ਲਹਿਰ ਦੇ ਵਿੱਚ ਕਸੈਂਟਾ 'ਚ ਕੀਤਾ ਅਤੇ ਇਹ ਨਾਲ ਉਹਨਾਂ ਕੋਲ ਚਲੇ ਗਏ, ਜਾਂ ਆਪਣੇ ਆਪ ਹੀ ਇਹਨਾਂ ਨੇ ਸੋਚਿਆ ਕਿ ਅਸੀਂ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚਲੇ ਜਾਈਏ, ਪਰ ਇਹ ਗੱਲ ਸਾਫ਼ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਮਨ ਮੁਟਾਵ ਜਿਹੜਾ ਹੈਗਾ ਉਹ ਜ਼ਰੂਰ ਰਿਹਾ ਹੋਵੇਗਾ। ਬਾਜਵਾ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਕਿਹਾ ਸੀ ਕਿ ਤੁਹਾਨੂੰ 25 ਕਰੋੜ ਰੁਪਏ ਦਿੱਤੇ ਜਾ ਰਹੇ ਨੇ, ਮਤਲਬ ਕਿ ਹੁਣ ਤੁਸੀਂ 25 ਕਰੋੜ ਰੁਪਏ ਦਾ ਜੋ ਪ੍ਰਪੋਜ਼ਲ ਸੀ ਉਹ ਐਕਸੈਪਟ ਕਰ ਲਿਆ, ਪਰ ਦੂਜੇ ਪਾਸਿਓਂ ਹਾਲੇ ਕੋਈ ਬਿਆਨ ਇਸ ਮੁਤਲਕ ਨਹੀਂ ਹੈ, ਇਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾ ਸਕਦਾ? ਦੇਖੋ, ਜੋ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਪਹਿਲੀ ਗੱਲ ਕਹੀ ਹੈ ਕਿ ਉਹ ਸ਼ੁਰੂ ਤੋਂ ਹੀ ਬੀਜੇਪੀ ਦੇ ਉੱਪਰ ਵੀ ਆਮ ਆਦਮੀ ਉੱਪਰ ਵੀ ਪੂਰੀ ਤਰ੍ਹਾਂ ਨਾਲ ਹਮਲਾਵਰ ਰਹੇ ਹੈ, ਚਾਹੇ ਉਹ ਵਿਧਾਨ ਸਭਾ ਦੇ ਬਾਹਰ ਗੱਲ ਕਰੀਏ ਚਾਹੇ ਕੋਈ ਵੀ ਮੰਚ ਮਿਲਦਾ ਉਹ ਹਮਲਾਵਰ ਰਹੇ, ਤਾਂ ਉਹ ਆਪਰੇਸ਼ਨ ਲੋਟਸ ਨੂੰ ਹਰ ਵਾਰ ਚੱਕਦੇ ਨੇ, ਅਤੇ ਜੋ ਉਹਨਾਂ ਨੇ ਗੱਲ ਕੀਤੀ ਹੈਗੀ ਉਹ ਸਾਬਤ ਵੀ ਹੋਏਗਾ। ਤੁਹਾਨੂੰ 25 ਕਰੋੜ ਦੀ ਔਫਰ ਆਈ ਸੀਗੀ, ਤੁਸੀਂ ਉਸਨੂੰ ਲੈ ਕੇ ਸ਼ਿਕਾਇਤ ਕਰਦੇ ਹੋ, ਅੱਜ ਤੁਸੀਂ ਉਸੇ ਪਾਰਟੀ ਚਲ ਜਾਂਦੇ ਹੋ, ਕਿਆ ਤੁਹਾਨੂੰ 25 ਕਰੋੜ ਮਿਲ ਗਿਆ ਹੈਗਾ? ਤਾਂ ਉਹਦਾ ਸਵਾਲ ਜਾਇਜ਼ ਵੀ ਹੈਗਾ। ਇੱਕ ਸਵਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਜੀ ਆਪਰੇਸ਼ਨ ਲੋਟਸ, ਵਿਅਕਤੀ ਤਾਂ ਕਾਂਗਰਸ ਦੇ ਵਿੱਚੋਂ ਵੀ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਗਏ ਨੇ, ਉਹਨਾਂ ਦੇ ਵੱਲੋਂ ਤਾਂ ਬਹੁਤ ਘੱਟ ਤੌਰ 'ਤੇ ਇਸ ਦੀ ਚਰਚਾ ਛੇੜੀ ਗਈ ਹੈ। ਦੇਖੋ, ਹਰ ਚੀਜ਼ ਦੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਚੀਜ਼ ਆਪਾਂ ਗੱਲ ਕਰਦੇ ਹਾਂ, ਜੋ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦਾ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਹ ਇਸ ਲਈ ਕੀਤਾ ਜਾਂਦਾ ਕਿ ਕਈ ਜਗ੍ਹਾ 'ਤੇ ਸਟੇਟਾਂ ਦੇ ਵਿੱਚ ਉਹਨਾਂ ਨੇ ਸਰਕਾਰਾਂ ਬਦਲੀਆਂ ਨੇ ਅਤੇ ਵਿਧਾਇਕ ਅਤੇ MP ਖਰੀਦੇ ਨੇ, ਇਸ ਕਰਕੇ ਜਦੋਂ ਕੋਈ ਗੱਲ ਹੁੰਦੀ ਹੈ ਕੋਈ ਜਾਂਦਾ ਹੈਗਾ ਤਾਂ ਇਹੀ ਗੱਲ ਕਹੀ ਜਾਂਦੀ ਕਿ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਹ ਕੀਤਾ ਗਿਆ, ਕਿਉਂਕਿ ਸੈਂਟਰ ਵਿੱਚ ਸਰਕਾਰ ਉਹਨਾਂ ਦੀਆਂ ਏਜੰਸੀਆਂ ਉਹਨਾਂ ਦੇ ਕੋਲ ਨੇ, ਇਹ ਆਰੋਪ ਲੱਗਦੇ ਨੇ ਕਿ ਏਜੰਸੀਆਂ ਥਰੂ, ਪੈਸੇ ਥਰੂ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਹੈਗਾ ਕਿਸੇ ਨੂੰ ਪ੍ਰਭਾਵਿਤ ਕਰਕੇ ਆਪਣੇ ਨਾਲ ਲਿਜਾਂਦੇ ਆ ਅਤੇ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਪਰ ਸਾਹਿਬ, ਇਹ ਐਲੀਗੇਸ਼ਨ ਸਿਰਫ ਐਲੀਗੇਸ਼ਨ ਹੀ ਨੇ, ਜਦੋਂ ਇਹ ਪ੍ਰੂਫ ਹੋ ਜਾਣ, ਕਾਨੂੰਨ ਅਤੇ ਪੱਤਰਕਾਰ ਸਿਰਫ ਕਾਨੂੰਨ 'ਤੇ ਹੀ ਚੱਲਦੇ ਨੇ, ਇਹ ਮੰਨਣਾ ਪਏਗਾ ਤੁਹਾਨੂੰ। ਕੌਨਸਟੀਟਿਊਸ਼ਨ ਦਾ ਜ਼ਿਕਰ ਕਰੀਏ, ਅਦਾਲਤਾਂ ਦਾ ਜ਼ਿਕਰ ਕਰੀਏ ਜਾਂ ਮੀਡੀਆ ਭਾਈਚਾਰੇ ਦਾ ਜ਼ਿਕਰ ਕਰੀਏ, ਦੇਖੋ ਕੋਈ ਗੱਲ ਜਿੱਥੋਂ ਨਿਕਲਦੀ ਹੈ ਜੇ ਕੋਈ ਫੈਕਟ ਬੇਸ ਹੈ ਤਾਂ ਮੰਨਣੀ ਪਏਗੀ, ਅਦਰਵਾਈਜ਼ ਇਹ ਸਿਰਫ ਗੱਲਾਂ ਹੀ ਨੇ। ਪਰ ਠੀਕ ਹੈ, ਇਹ ਐਲੀਗੇਸ਼ਨ ਲੱਗਿਆ, ਇਸ ਐਲੀਗੇਸ਼ਨ 'ਚ ਸੱਚਾਈ ਕਿੰਨੀ ਹੈ ਇਹ ਪੰਜਾਬ ਦੇ DG ਗੌਰਵ ਯਾਦਵ ਦੱਸ ਸਕਦੇ ਆ, ਜਿਨ੍ਹਾਂ ਦੀ ਹਦਾਇਤ 'ਤੇ ਮੋਹਾਲੀ 'ਚ ਇੱਕ FIR ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਅਧੀਨ ਅਣਪਛਾਤਿਆਂ 'ਤੇ ਦਰਜ ਕੀਤੀ ਗਈ। ਉਹ ਕਿਸ ਵਿਹਾਵ 'ਤੇ ਕੀਤੀ ਗਈ, ਕੀ ਕੋਈ ਪ੍ਰਮਾਫਸ਼ਾਈ ਐਵੀਡੈਂਸ ਮੌਕੇ 'ਤੇ ਹੱਥ ਲੱਗਿਆ? ਕਿਉਂਕਿ ਜੇ ਕਿਸੇ ਸਿਆਸੀ ਜਮਾਤ ਨੇ ਕਿਸੇ ਸਿਆਸੀ ਜਮਾਤ ਦੇ ਲੀਡਰ ਨੂੰ ਹੱਥ ਪਾਇਆ ਤਾਂ ਇੰਨਾ ਸੌਖਾ ਵੀ ਜੁਟ ਸਾਹਿਬ ਨਹੀਂ ਪਾਇਆ ਹੋਏਗਾ ਕਿ ਆਸਾਨੀ ਨਾਲ ਉਹ ਫੜਿਆ ਜਾ ਸਕੇ, ਕਿਉਂਕਿ ਗੋਲਡੀ ਗੰਬੋਜ਼ ਖੁਦ ਕਹਿੰਦੇ ਦਿਖਾਈ ਦਿੱਤੇ ਕਿ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਹੈ। ਪਰ BJP ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਜਿੰਨਾ ਜੱਟ ਫੈਕਟਰ, ਹਾਲਾਂਕਿ ਕਿਸੇ ਜ਼ਾਤ ਨੂੰ ਜ਼ਿਆਦਾ ਕੰਸੀਡਰ ਨਹੀਂ ਕੀਤਾ ਜਾਣਾ ਚਾਹੀਦਾ, ਪਰ ਜਿੰਨਾ ਜੱਟ ਫੈਕਟਰ ਕਾਂਗਰਸ ਦੇ ਵਿੱਚ ਜ਼ਿਆਦਾ ਪ੍ਰਭਾਵ ਜੋ ਸਾਹਿਬ ਰੱਖਦਾ ਸੀ, ਅੱਜ ਉਹ BJP ਦੇ ਵਿੱਚ ਜਾ ਕੇ ਇੱਕ ਗਰਾਊਂਡ ਪੱਧਰਾ ਕਰ ਰਿਹਾ। ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਜਿਸ ਵੇਲੇ ਸੁਨੀਲ ਕੁਮਾਰ ਜਾਖੜ ਦੀ ਐਂਟਰੀ ਹੋਈ ਉਸੇ ਵੇਲੇ ਸਪਸ਼ਟ ਹੋ ਗਿਆ ਸੀ ਕਿ ਕਾਂਗਰਸ ਦਾ ਬਣੇਗਾ ਕੀ। ਮੁੱਖ ਮੰਤਰੀ ਖੁਦ ਕਹਿੰਦੇ ਰਹੇ ਹੈ ਏਕ ਦੀ ਕਾਂਗਰਸ। ਜੋਸ਼ੀ ਸਾਹਿਬ, ਬਿਲਕੁਲ, ਦੇਖੋ ਕਾਂਗਰਸ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਜਿਹੜੇ ਦੋਨੋਂ ਨੇ ਇਹ ਇੱਕ ਦੂਜੇ ਦੇ ਉੱਪਰ ਹਮਲਾਵਰ ਨੇ, ਪਰ ਦਿੱਲੀ ਵਿੱਚ ਇਹ ਜਿਹੜੇ ਨੇ ਇਕੱਠੇ ਇਲੈਕਸ਼ਨ ਲੜ ਰਹੇ ਨੇ, ਅਤੇ ਮੁੱਖ ਮੰਤਰੀ ਦਾ ਸਪਸ਼ਟ ਇੱਕ ਮਤਲਬ ਸੀਗਾ ਕਿ ਏਕ ਥੀ ਕਾਂਗਰਸ ਦਾ ਮਤਲਬ ਇਹ ਹੈ ਕਿ ਕਾਂਗਰਸ ਹੈਗੀ ਹੈ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤ ਗਿਆ ਹੈ ਤਾਂ ਉਹਦਾ ਜਿਹੜਾ ਮੈਕਸੀਮਮ ਵੋਟ ਸੀਗਾ ਉਹ ਕਾਂਗਰਸ ਦਾ ਕੱਟਿਆ ਗਿਆ, ਜਾਂ ਆਪਾਂ ਕਹੀਏ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਪਾਰਟੀ ਸੀ ਅਕਾਲੀ ਦਲ ਦਾ ਕੱਟਿਆ ਗਿਆ ਹੈਗਾ। ਪਰ ਇਹ ਜਿਹੜਾ ਸੀਗਾ ਇੱਕ ਹੈ ਕਾਂਗਰਸ, ਉਹਦਾ ਮਕਸਦ ਇਹੀ ਸੀਗਾ ਕਿ ਮੁੱਖ ਮੰਤਰੀ ਦੱਸਣਾ ਚਾਹੁੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਨਾਲ ਵੀ ਆਪਣੀ ਪਾਰਟੀ ਹਾਈਕਮਾਂਡ ਨੂੰ ਦੱਸਣਾ ਚਾਹੁੰਦੇ ਸੀ ਕਿ ਕੋਈ ਸਮਝੌਤਾ ਕਾਂਗਰਸ ਨਾਲ ਨਹੀਂ ਕਰਾਂਗੇ, ਅਸੀਂ ਕਾਂਗਰਸ ਦੇ ਖਿਲਾਫ ਲੜਾਈ ਲੜਾਂਗੇ, ਅਤੇ ਇਹ ਮੈਸੇਜ
ਸਿਗਨਲ ਦੇਣ 'ਚ ਉਹ ਕਾਮਯਾਬ ਰਹੇ ਅਤੇ ਅੱਜ ਦੀ ਡੇਟ 'ਚ ਇਹ ਹੈ ਕਿ ਪੰਜਾਬ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਗੱਲ ਵੀ ਕਰੀਏ ਉਹ ਵੀ ਸਪਸ਼ਟ ਕਹਿੰਦੇ ਕਿ ਅਸੀਂ ਇਕੱਲੇ ਲੜੇ ਇਲੈਕਸ਼ਨ ਦੋਨਾਂ ਨੂੰ ਇਸ ਗੱਲ ਦਾ ਸੀਗਾ ਕਿ ਅਸੀਂ 52 ਸੀਟਾਂ ਜਿੱਤ ਕੇ ਆਵਾਂਗੇ ਅਤੇ ਸਾਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਮਰਥਨ ਮਿਲਣਾ। ਇਸ ਗੱਲ ਦੇ ਉੱਪਰ ਦੋਨੋਂ ਪਾਰਟੀ ਚਾਹੇ ਕਾਂਗਰਸ ਸੀਗੀ ਚਾਹੇ ਰਾਜਾ ਬਣੇ ਸੀ ਚਾਹੇ ਮੁੱਖ ਮੰਤਰੀ ਸੀਗੇ ਦੋਨੇ ਹਮਲਾਵਰ ਸੀਗੇ ਅਤੇ ਉਹਦਾ ਨਤੀਜਾ ਇਹੀ ਹੈ ਕਿ ਅੱਜ ਦੋਨੋਂ ਪੰਜਾਬ ਦੇ ਵਿੱਚ ਪਾਰਟੀਆਂ ਆਮਣੇ ਸਾਹਮਣੇ ਨੇ, ਭਾਵੇਂ ਦਿੱਲੀ 'ਚ ਉਹ ਇਕੱਠੇ ਹੋ ਕੇ ਇਲੈਕਸ਼ਨ ਲੜਨੀਆਂ ਪਰ ਇੱਥੇ ਆਮਣੇ ਸਾਹਮਣੇ ਹੈਗੀਆਂ ਅਤੇ ਇਹ ਦੋਨੇ ਹੀ ਆਪਣਾ ਆਪਣਾ ਜਿਹੜਾ ਜ਼ੋਰ ਹੈ ਉਹ ਦਿਖਾਉਣਾ ਚਾਹੁੰਦੀਆਂ ਕਿ ਅਸੀਂ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜੇ ਲੋਕਾਂ ਸਾਨੂੰ ਸਮਰਥਨ ਮਿਲਦਾ ਅਸੀਂ ਕਿੰਨੀਆਂ ਸੀਟਾਂ ਜਿੱਤ ਕੇ ਜਾਂਦੇ ਹਾਂ। ਪਰ ਇਹ ਗੱਲ ਸਾਫ ਸੀਗੀ ਕਿ ਚਾਹੇ ਪਾਰਟੀ ਹਾਈ ਕਮਾਂਡ ਜੁੜਨ ਦੀ ਦਿੱਲੀ ਬੈਠ ਕੇ ਫੈਸਲੇ ਲੈਂਦੀ ਹੈ ਇੰਡੀਆ ਗਠਬੰਧਨ ਦੇ ਵਿੱਚ, ਪਰ ਪੰਜਾਬ ਦੇ ਜਿਹੜੇ ਦੋਨੋਂ ਲੀਡਰ ਦੋਨੋਂ ਪਾਰਟੀ ਸੀ ਉਹਨਾਂ ਨੂੰ ਇਹ ਇਕੱਠੀ ਕਰਨ 'ਚ ਨਾਕਾਮ ਰਹੇ ਨੇ ਔਰ ਅੱਜ ਇਹ ਆਮਣੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜਿਹੜੀ ਜੰਗ ਹੈ ਇਹਨਾਂ ਦੀ ਜਵਾਨੀ ਜੰਗ ਹੋਰ ਜ਼ਿਆਦਾ ਤੇਜ਼ ਹੋਣ ਵਾਲੀ ਹੈ। ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਕਿਉਂਕਿ ਕਾਂਗਰਸ ਨੂੰ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਤੋਂ ਵੀ ਕਈ ਲੋਕ ਚਲੇ ਗਏ, ਚਾਹੇ ਰਾਜਕੁਮਾਰ ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਜਿਹੜਾ ਸਿਸਟਮ ਹੈ ਇਹਨਾਂ ਦਾ ਪੂਰਾ ਇਸ ਦੇ ਉੱਪਰ ਖੜਾ ਹੈਗਾ ਕਿ ਜਿਹੜੀ ਇਹ ਇਲੈਕਸ਼ਨ ਹੈ ਦੋਹਾਂ ਦਾ ਜਿਹੜਾ ਰਾਜਨੀਤਿਕ ਭਵਿੱਖ ਜਿਹੜਾ ਹੈਗਾ ਉਹ ਦੱਸੇਗੀ ਕਿ ਇਕੱਲੇ ਲੜਨੀ ਹੈ ਅਤੇ ਦਿੱਲੀ 'ਚ ਇਕੱਠੇ ਲੜ ਰਹੇ ਅਤੇ ਪੰਜਾਬ 'ਚ ਇਕੱਲੇ ਲੜ ਰਹੇ ਅਤੇ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਨੂੰ ਉੱਥੇ ਲੋਕਾਂ ਦਾ ਸਮਰਥਨ ਮਿਲਦਾ ਹੈਗਾ। ਤਾਂ ਜੋਸ਼ੀ ਜੀ, ਜਿਸ ਤਰ੍ਹਾਂ ਕ੍ਰਿਸ਼ਨ ਨੇ ਵੀ ਗੱਲ ਕੀਤੀ ਕਿ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਆਪਦੀ ਸਰਕਾਰ ਡਿੱਗੇਗੀ, ਮਾਇਨੇ ਕਾਫੀ ਵੱਡੇ ਨੇ ਇਸ ਬਿਆਨ ਦੇ। ਦੇਖੋ, ਮਾਇਨੇ ਬਿਲਕੁਲ ਵੱਡੇ ਨੇ, ਜੇ ਸੈਂਟਰ ਦੁਆਰਾ ਤੋਂ ਆਮ ਬੀਜੇਪੀ ਸਰਕਾਰ ਬਣਦੀ ਹੈ ਤਾਂ ਇਹਦੇ ਮਾਇਨੇ ਕੋਈ ਜਿਹੜਾ ਮਤਲਬ ਉਹ ਨਿਕਲ ਵੀ ਸਕਦਾ ਹੈਗਾ। ਕਿਉਂਕਿ ਦੇਖੋ, ਪਾਰਟੀ ਜਿਹੜੀ ਹੈਗੀ ਹੈ ਇਹਨਾਂ ਨੂੰ ਇਸ ਗੱਲ ਦਾ ਹੀ ਖਦਸ਼ਾ ਹੈਗਾ ਕਿ ਸਾਡੇ ਜਿਹੜੇ ਵਿਧਾਇਕ ਆ ਉਹ ਤੋੜੇ ਜਾ ਸਕਦੇ ਹਾਂ, ਇਹ ਸਰਕਾਰ ਕਿਸ ਤਰ੍ਹਾਂ ਨਾਲ ਅਨਿਸ਼ਚਿਤ ਕਰਕੇ ਉਹਨੂੰ ਜਿਹੜਾ ਗਿਰਾਇਆ ਜਾ ਸਕਦਾ ਹੈਗਾ। ਇਹੀ ਜਿਹੜੇ ਖਦਸ਼ੇ ਨੇ, ਇਹ ਪਹਿਲਾਂ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਆਪਰੇਸ਼ਨ ਲੋਟਸ ਦੇ ਤੌਰ 'ਤੇ ਕਰਦੀ ਆ ਰਹੀ ਕਿ ਸਾਨੂੰ ਤੋੜਿਆ ਜਾ ਰਿਹਾ, ਜਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਕਿ ਅਗਰ ਤੁਸੀਂ ਆਪਰੇਸ਼ਨ ਲੋਟਸ ਦਾ ਗੱਲ ਕਰਦੇ ਹੋ ਤਾਂ ਜਾਂਚ ਕਿਉਂ ਨਹੀਂ ਕਰਦੇ? ਅਤੇ ਹੁਣ ਦੂਜੀ ਗੱਲ, ਬਿੱਟੂ ਦਾ ਜਿਹੜਾ ਬਿਆਨ ਹੈਗਾ, ਬੀਜੇਪੀ ਦੇਖੋ ਪੰਜਾਬ ਵਿੱਚ ਆਪਣੀ ਜ਼ਮੀਨ ਤਲਾਸ਼ ਰਹੀ ਹੈ 2027 ਦਾ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੋਣਾ ਉਹਨੂੰ ਲੈ ਕੇ ਜਿਹੜੀ ਹੈਗੀ ਤਿਆਰੀ ਵਿੱਚ ਉਹ ਇਸ ਇਲੈਕਸ਼ਨ ਤੋਂ ਬਾਅਦ। ਸੁਸ਼ੀਲ ਰਿੰਕੂ ਦੇ ਅਤੇ ਸ਼ੀਤਲ ਅੰਗਰਾਲ ਦੇ ਬੀਜੇਪੀ ਦੇ ਵਿੱਚ ਚਲੇ ਜਾਣ ਦੇ ਨਾਲ ਪੰਜਾਬ ਦੀਆਂ ਦੋਹੇ ਸਿਆਸੀ ਜਮਾਤਾਂ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ, ਸਤਰਕ ਹੋ ਗਈਆਂ ਨੇ ਅਤੇ ਸਿਆਸੀ ਤੌਖਲੇ ਜ਼ਰੂਰ ਖੜੇ ਹੋਏ ਨੇ। ਦੇਖੋ, ਦੋਨਾਂ ਜਾਣ ਨਾਲ ਇੱਦਾਂ ਵੱਡੀ ਕੋਈ ਗੱਲ ਨਹੀਂ ਕਿ ਦੋਨੇ ਪਾਰਟੀਆਂ ਜਿਹੜੇ ਆਮ ਆਦਮੀ ਪਾਰਟੀ ਨੂੰ ਕੋਈ ਬਹੁਤ ਬੜਾ ਨੁਕਸਾਨ ਹੋਇਆ, ਪਰ ਇਹ ਗੱਲ ਹੈ ਕਿ ਇਲੈਕਸ਼ਨ ਦਾ ਦੌਰ ਹੈ, ਇਸ ਦੌਰਾਨ ਜਾਣਾ ਜਿਹੜਾ ਅਗਰ ਕਿਸੇ ਪਾਰਟੀ 'ਚ ਜਾ ਵੀ ਸਕਦੇ ਹਾਂ, ਸੀਟ ਉਹਨਾਂ ਦਾ ਜਾਣਾ ਮੰਨਿਆ ਜਾ ਸਕਦਾ, ਪਰ ਜਿਹੜਾ ਸਭ ਤੋਂ ਬੜੀ ਜਿਹੜੀ ਗੱਲ ਸੀਗੀ ਉਹ ਇਹ ਸੀਗੀ ਕਿ ਰਿੰਕੂ ਗਏ, ਟਿਕਟ ਜਿਹਨਾਂ ਨੂੰ ਮਿਲ ਗਿਆ, ਜਿਹਨਾਂ ਨੂੰ ਜਿਤਾਇਆ ਗਿਆ, ਲੋਕਾਂ ਜਿਤਾ ਤਾ, ਆਮ ਆਦਮੀ ਪਾਰਟੀ ਨੇ ਜਿਤਾਇਆ, ਫਿਰ ਟਿਕਟ ਵੀ ਦਿੱਤਾ, ਅਨਾਊਂਸ ਕਰਤਾ, ਫਿਰ ਜਾ ਰਹੇ ਨੇ, ਉਹ ਜਿਹੜਾ ਹੈਗਾ ਪਾਰਟੀ ਵਿੱਚ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਆਉਣਾ ਜਾਣਾ ਲੱਗਿਆ ਰਹਿੰਦਾ, ਪਰ ਇਹ ਆਉਣ ਵਾਲੇ ਟਾਈਮ 'ਚ ਹੀ ਪਤਾ ਚੱਲੇਗਾ ਕਿ ਜਿਹੜੀ ਰਾਜਨੀਤੀ ਹੈ ਉਹ ਕਿਸ ਤਰ੍ਹਾਂ ਕਰਵਟ ਦਿੰਦੀ ਹੈਗੀ ਹੈ। ਪਰ ਇਹ ਗੱਲ ਸਾਫ਼ ਹੈ, ਇਸ ਟਾਈਮ ਜਿਹੜੀ ਬੀਜੇਪੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਕਦਮ ਵਧਾਉਣ ਦੀ ਜਿਹੜੀ ਕੋਸ਼ਿਸ਼ ਲੱਗੀ ਸੀਗੀ ਉਹ ਉਹਨੂੰ ਸਫਲਤਾ ਉੱਥੇ ਮਿਲ ਰਹੀ ਹੈ ਅਤੇ ਲੋਕ ਆਪਣੇ ਨਾਲ ਜੋੜਨ ਵਿੱਚ ਲੱਗੀ ਹੋਈ ਹੈ। ਹਾਲਾਂਕਿ ਸੁਸ਼ੀਲ ਰਿੰਕੂ ਨੂੰ ਪੁੱਛਿਆ ਗਿਆ ਕਿ ਹੁਣ ਤੀਜੀ ਪਾਰਟੀ ਕਿਹੜੀ, ਕਿਉਂਕਿ 357 ਦਿਨ ਉਹਨਾਂ ਨੇ ਜਿਹੜੇ ਲਗਾਏ ਆ ਪੂਰੇ, ਇਹ ਵੀ ਇਤਿਹਾਸ ਪੰਜਾਬ ਦੀ ਸਿਆਸਤ 'ਚ ਬਣਿਆ ਕਿ 357 ਦਿਨ ਪਹਿਲਾਂ ਉਹ ਕਾਂਗਰਸ ਵਿੱਚ ਸੀ, ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਅਤੇ 358 ਦਿਨ ਉਹ ਬੀਜੇਪੀ ਦੇ ਵਿੱਚ ਚਲੇ ਗਏ। ਇਸ ਤੋਂ ਬਾਅਦ ਸਪਸ਼ਟ ਰਿੰਕੂ ਨੇ ਬਿਆਨ ਦਿੱਤਾ ਜੋਸ਼ੀ ਸਾਹਿਬ ਕਿ ਮੇਰਾ ਤਾਂ ਬਿਜ਼ਨਸ ਬਹੁਤ ਚੰਗਾ ਚੱਲਦਾ, ਇਸ ਤੋਂ ਬਾਅਦ ਤਾਂ ਮੈਂ ਆਪਣਾ ਬਿਜ਼ਨਸ ਹੀ ਚਲਾਵਾਂਗਾ। ਭਾਈ, ਇਹ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ। ਦੇਖੋ, ਠੀਕ ਹੈ ਇਹ ਜਾਤੀ ਫੈਸਲੇ ਹੁੰਦੇ ਹਨ, ਪਰ ਪਾਰਟੀ ਲੈਵਲ 'ਤੇ ਤਾਂ ਬਹੁਤ ਵੱਡੇ ਨਿਮੋਸ਼ੀ ਪੱਧਰ ਦਾ ਜਿਹੜਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ, ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਲੰਧਰ ਇਕਾਈ ਨੂੰ। ਜਲੰਧਰ ਦੇ ਵਿੱਚ ਬਹੁਤ ਸੀਨੀਅਰ ਲੀਡਰ ਸੀ ਜਿਨ੍ਹਾਂ ਨੇ ਉਸ ਵੇਲੇ ਸਰਵਿਆਂ ਦੇ ਵਿੱਚ ਇਹ ਦਾਅਵਾ ਠੋਕਿਆ ਕਿ ਬਾਈ ਇਲੈਕਸ਼ਨ ਅਸੀਂ ਲੜਨਾ ਚਾਹੁੰਦੇ ਹਾਂ, ਪਰ ਫਿਰ ਵੀ ਵਿਸ਼ਵਾਸ ਰਿੰਕੂ 'ਤੇ ਕੀਤਾ। ਤਾਂ ਹੀ ਉਹ ਮੁੱਖ ਮੰਤਰੀ ਨੂੰ ਬਿਨਾਂ ਨਾਮ ਲਏ ਕਹਿਣਾ ਪਿਆ ਕਿ ਬਿਸ਼ਰਮਾ ਦਾ ਨੇਵੀ ਪਾ ਕੇ ਵਿਸਰਦਾ ਹੈ। ਦੇਖੋ, ਮੁੱਖ ਮੰਤਰੀ ਤਾਂ ਜੋ ਗੱਲ ਕਰ ਰਹੇ ਨੇ ਬਿਲਕੁਲ ਸਹੀ ਗੱਲ ਕਰੀ ਹੈ ਉਹਨਾਂ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਕਿ ਜਿਸ ਨੂੰ ਅਸੀਂ ਲੈ ਕੇ ਆਏ, ਜਿਸ ਨੂੰ ਅਸੀਂ ਜਿਤਾਇਆ ਲੋਕ ਸਭਾ ਇਲੈਕਸ਼ਨ, ਬਾਈ ਇਲੈਕਸ਼ਨ ਜਿਤਾਇਆ,
ਫਿਰ ਪਹਿਲਾਂ ਟਿਕਟ ਵੀ ਦਿੱਤਾ। ਦੇਖੋ ਦੁੱਖ ਤਾਂ ਲੱਗਦੀ ਹੈ ਕਿ ਕੋਈ ਵੀ ਵਿਅਕਤੀ ਹੋਵੇ ਜਿਹਨੇ ਇੰਨਾ ਕਿਸੇ 'ਤੇ ਭਰੋਸਾ ਕੀਤਾ ਹੋਵੇ ਔਰ ਇੱਕਦਮ ਜਿਹੜਾ ਹੈਗਾ ਉਹ ਝਟਕਾ ਦੇ ਜਾਵੇ, ਤਾਂ ਮੁੱਖ ਮੰਤਰੀ ਜਿਹੜਾ ਬਿਆਨ ਸੀਗਾ ਬਿਲਕੁਲ ਜਾਇਜ਼ ਸੀਗਾ ਅਤੇ ਉਹਨੂੰ ਜਿਸ ਤਰ੍ਹਾਂ ਮਰਜ਼ੀ ਮੈਨੇ ਲੈ ਲਵੇ, ਕੋਈ ਆਪਣੇ ਪੱਖ 'ਚ ਲਵੇ ਤੋ ਇਹ ਉਹਨੂੰ ਵਿਪਕਸ਼ ਲਵੇ, ਚਾਹੇ ਉਹ ਨਿਰਾਸ਼ਾਜਨਕ ਸਮਝ ਲਵੇ, ਪਰ ਇਹ ਗੱਲ ਸਾਫ਼ ਹੈ ਕਿ ਜੋ ਜ਼ਿੰਮੇਵਾਰੀ ਜੋ ਉਹਦਾ ਭਰੋਸਾ ਦਿਖਾਇਆ ਸੀ ਸੁਸ਼ੀਲ ਰਿੰਕੂ ਦੇ ਉੱਪਰ, ਉਹਨਾਂ ਨੇ ਉਸ ਭਰੋਸੇ ਦਾ ਜਿਹੜਾ ਹੈਗਾ ਆਪਾਂ ਗੱਲ ਕਹੀਏ ਉਹਨੂੰ ਜਿਹੜਾ ਹੈਗਾ ਧੋਖਾ ਕਰਿਆ। ਆਪਾਂ ਇਸ ਵਾਰ ਸ਼ਬਦ ਵਰਤ ਸਕੀ ਉਹ ਪਾਰਟੀ ਛੱਡ ਕੇ ਇੱਕਦਮ ਚਲੇ ਗਏ ਨੇ, ਕਿਸੇ ਨੂੰ ਦੱਸਿਆ ਨਹੀਂ ਹੈਗਾ, ਪਰ ਹੁਣ ਆਮ ਵਾਲੇ ਟਾਈਮ 'ਚ ਲੱਗਾ ਕਿ ਸੁਸ਼ੀਲ ਰਿੰਕੂ ਚਲੇ ਜਾਂਦੇ ਨੇ 3:40 ਤੇ ਪੋਸਟ ਪਾਉਂਦੇ ਨੇ, 4 ਵਜੇ ਦੇ ਕਰੀਬ ਬੀਜੇਪੀ ਜੁਆਇਨ ਕਰ ਲੈਂਦੇ ਨੇ, ਮਤਲਬ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਵੀ ਗੱਲ ਦਾ ਮਾਨ ਨਹੀਂ ਰੱਖਿਆ। ਬਿਲਕੁਲ, ਦੇਖੋ ਇਹ ਤਾਂ ਸਾਫ਼ ਹੋ ਗਿਆ ਕਿ ਤੁਸੀਂ ਜਦੋਂ ਟਿਕਟ ਤੁਹਾਡੀ ਅਨਾਊਂਸ ਕਰ ਦਿੱਤੀ ਗਈ ਹੈ ਤੁਸੀਂ ਫਿਰ ਜਾ ਰਹੇ ਹੋ, ਤਾਂ ਇੱਕਦਮ ਤੁਸੀਂ ਮੰਨਦੇ ਹੋ ਕਿ ਤੁਸੀਂ ਮੁੱਖ ਮੰਤਰੀ ਗੱਲ ਸੁਣ ਹੀ ਨਹੀਂ ਰਹੇ ਹੋਗੇ, ਅਤੇ ਉਸ ਦਿਨ ਜੋ ਟਵੀਟ ਵੀ ਆਉਂਦਾ 3:40 ਦੇ ਉੱਪਰ ਉਹ ਬੀਜੇਪੀ ਦੇ ਜਿਹੜਾ ਦਿੱਲੀ ਦਾ ਆਫਿਸ ਆ ਉਹਦੇ ਅੰਦਰ ਜਾ ਕੇ ਕਰਵਾਇਆ ਜਾਂਦਾ, ਕਿਉਂਕਿ ਪਹਿਲਾਂ ਉਹ ਬਾਹਰ ਬੋਲ ਗਏ ਸੀਗੇ ਤਾਂ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਮੈਨੇਜ ਕੀਤਾ ਗਿਆ ਉਸ ਦਿਨ ਜਦੋਂ ਅਯੋਧਿਆ ਗਏ ਸੀਗੇ, ਤਾਂ ਪਰ ਇਸ ਵਾਰ ਜਿਹੜੀ ਬੀਜੇਪੀ ਵੀ ਸੀਗੀ ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ। ਜਦੋਂ ਦਫ਼ਤਰ ਪਹੁੰਚ ਕੇ ਦਫ਼ਤਰ ਪਹੁੰਚਣ ਤੋਂ ਬਾਅਦ ਟਵੀਟ ਕਰਵਾਇਆ ਗਿਆ, ਟਵੀਟ ਕਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਪਾਰਟੀ ਜੁਆਇਨ ਕਰਵਾ ਦਿੱਤਾ ਗਿਆ ਹੈਗਾ, ਅਤੇ ਬਾਕੀ ਹੀ ਮਤਲਬ ਕਿਤੇ ਨਾ ਕਿਤੇ ਬੇਭਰੋਸਗੀ ਬੀਜੇਪੀ ਨੂੰ ਸੀ ਕਿ ਸੁਸ਼ੀਲ ਰਿੰਕੂ ਫਿਰ ਤੋਂ ਪਲਟੀ ਮਾਰ ਸਕਦੇ ਨੇ, ਹੋ ਸਕਦਾ ਜੁਆਇਨਿੰਗ ਨਾ ਦੇਣ। ਨਹੀਂ ਬਿਲਕੁਲ, ਦੇਖੋ ਜੋ ਆਪਾਂ ਗੱਲ ਕਰਦੇ, ਦੇਖੋ ਬੇਭਰੋਸਗੀ ਦੀ ਗੱਲ ਇਹ ਸੀਗੀ ਜਦੋਂ ਕੋਈ ਵਿਅਕਤੀ ਕਿਸੇ ਪਾਰਟੀ ਦਾ ਕਿਸੇ ਪਰਿਵਾਰ ਦਾ ਜਾਂਦਾ ਤਾਂ ਇੱਕ ਵਾਰੀ ਪਰਿਵਾਰ ਨੂੰ ਮਨਾਉਣ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈਗਾ, ਅਤੇ ਕੋਸ਼ਿਸ਼ ਕੀਤੀ ਸੀਗੀ ਆਮ ਆਦਮੀ ਪਾਰਟੀ ਵੱਲੋਂ ਪਰ ਨਹੀਂ ਰੱਖੜੇ ਅਤੇ ਚਲੇ ਗਏ ਨੇ, ਅਤੇ ਮੁੱਖ ਮੰਤਰੀ ਦੀ ਵੀ ਜੋ ਹੈ ਜੋ ਉਹਨਾਂ ਨੇ ਵਿਸ਼ਵਾਸ ਦਿਖਾਇਆ ਸੀਗਾ ਕਿ ਸਾਡਾ ਥੋੜ੍ਹਾ ਧੱਕਾ ਜ਼ਰੂਰ ਲੱਗਦਾ ਕਿ ਉਹ ਧੱਕਾ ਹੀ ਸੀਗਾ ਆਮ ਆਦਮੀ ਪਾਰਟੀ ਨੂੰ ਲੱਗਿਆ ਸੀਗਾ ਜਾਂ ਮੁੱਖ ਮੰਤਰੀ ਕਹੀਏ ਉਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਧੋਖਾ ਹੋਇਆ ਹੈ, ਕੁਛ ਹੁਣ ਸੜਕ ਚਲਿਆ ਗਿਆ, ਇਹ ਗੱਲਾਂ ਜਿਹੜੀਆਂ ਸੀਗੀਆਂ ਇਹ ਬਿਲਕੁਲ ਹੁੰਦੀ ਹੈ, ਪਰ ਹੁਣ ਚਲੇ ਗਏ ਹਾਂ ਤਾਂ ਕੋਈ ਕੁਛ ਨਹੀਂ ਕਰ ਸਕਦਾਗਾ। ਹੁਣ ਇੱਕ ਨਾ ਚੀਜ਼ ਬੜੀ ਇੰਟਰਸਟਿੰਗ ਹੋ ਗਈ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਡਿਕਲੇਅਰ ਕੀਤੇ ਸੀ, 8 ਚੋਂ 7 ਰਹਿ ਚੁੱਕੇ ਨੇ, ਇੱਕ ਨੇ ਸਿਆਸੀ ਪਲਟੀ ਜਿਹੜੀ ਹੈ ਉਹ ਟਿਕਟ ਸਮੇਤ ਮਾਰੀ ਹੈ। ਠੀਕ ਹੈ, ਬੀਜੇਪੀ ਸੁਸ਼ੀਲ ਰਿੰਕੂ ਨੂੰ ਟਿਕਟ ਦਿੰਦੀ ਹੈ ਜਿਸ ਦੀ ਸ਼ੀਤਲ ਉਂਗਰਾਲ 'ਤੇ ਦਾਅ ਖੇਡਦੀ ਹੈ, ਇਸ ਦਾ ਇੰਤਜ਼ਾਰ ਰਹੇਗਾ। ਹਾਲੇ ਬੜੀਆਂ ਫ੍ਰਿਕਸ਼ਨਸ ਆਉਣਗੀਆਂ ਪੋਲੀਟਿਕਸ ਦੇ ਵਿੱਚ, ਕੋਈ ਸਥਾਈ ਪੱਕਾ ਦੋਸਤ ਨਹੀਂ, ਕੋਈ ਪੱਕਾ ਸਥਾਈ ਦੁਸ਼ਮਣ ਨਹੀਂ। ਜੋਸ਼ੀ ਸਾਹਿਬ, ਇਹ ਬੜੀ ਚੀਜ਼ ਇੰਪੋਰਟੈਂਟ ਹੈ, ਪਰ ਜਲੰਧਰ ਸੀਟ ਆਪਣੇ ਆਪ 'ਚ ਹੀ ਹੋਟ ਸੀਟ ਬਣ ਗਈ। ਦੇਖੋ ਹਾਲੇ ਤਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ, ਹਾਲੇ ਪੂਰਨ ਤੌਰ 'ਤੇ ਉਮੀਦਵਾਰ ਡਿਕਲੇਅਰ ਨਹੀਂ ਕੀਤੇ, ਪਰ ਜਿਹੜੀ ਇਹ ਸੈਲਫ ਡਿਕਲੇਅਰਡ ਹੋਟ ਸੀਟ ਬਣੀ ਹੈ ਇਸ ਦੇ ਮਾਇਨੇ ਬਹੁਤ ਵੱਡੇ ਨੇ, ਕਿਉਂਕਿ ਜਲੰਧਰ 'ਚ ਹੁਣ ਫੋਟੋਆਂ ਵਾਲੀ ਸਿਆਸਤ ਕਾਫੀ ਚਰਚਿਤ ਹੋ ਰਹੀ ਹੈ। ਮੈਂ ਫੋਟੋ ਵਾਲੀ ਸਿਆਸਤ 'ਤੇ ਜ਼ੋਰ ਇਸ ਕਰਕੇ ਦੇ ਰਿਹਾ ਕਿ ਕਈ ਪੁਰਾਣੇ ਕ੍ਰਿਮੀਨਲ ਪਰਚੇ ਪੁਰਾਣੀਆਂ ਫਾਈਲਾਂ ਖੁੱਲ੍ਹ ਰਹੀਆਂ ਨੇ, ਸੀਪੀ ਕੀ ਕੁਛ ਲਿਖ ਰਹੇ ਸੀ, ਇਸ 'ਤੇ ਹੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਆਉਣ ਦੇ ਦਿਨਾਂ 'ਚ ਬਹੁਤ ਕੁਝ ਖਾਸ ਜਲੰਧਰ 'ਚ ਹੋਏਗਾ। ਬਿਲਕੁਲ ਕਿਸ਼ਨ, ਦੇਖੋ ਪਹਿਲੀ ਗੱਲ ਤਾਂ ਹੈ ਕਿ ਜੋ ਸੁਸ਼ੀਲ ਰਿੰਕੂ ਭਾਵੇਂ ਬੀਜੇਪੀ ਚਲੇ ਗਏ, ਪਰ ਬੀਜੇਪੀ ਨੇ ਉਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈਗਾ ਅੱਜ ਤੱਕ। ਇਹ ਗੱਲ ਸਾਫ਼ ਹੈ ਕਿ ਉਹ ਐਲਾਨਦੇ ਆ ਕਿਤੇ ਹੋਰ ਤੋਂ ਲਾਉਂਦੇ, ਇਹ ਆਉਣ ਵਾਲੇ ਟਾਈਮ ਚੱਲੇਗਾ, ਹੋ ਸਕਦਾ ਜਲੰਧਰ ਤੋਂ ਐਲਾਨਿਆ ਜਾਵੇ, ਪਰ ਬੀਜੇਪੀ ਨਹੀਂ ਐਲਾਨਿਆ ਹੈਗਾ। ਦੂਜੀ ਗੱਲ ਸ਼ੀਤਲ ਲੈ ਕੇ, ਸ਼ੀਤਲ ਦੀ ਗੱਲ ਕਰੀਏ, ਉਹਨੂੰ ਲੈ ਕੇ ਉਹਦੇ ਪੁਰਾਣੇ ਜਿਹੜੇ ਦੋਸਤ ਨੇ ਉਹਨਾਂ ਦੀ ਗੱਲਾਂ ਆ ਰਹੀਆਂ ਨੇ ਕਿ ਕੋਈ ਡਰੱਗ ਪੈਡਲ ਸੀਗਾ ਉਹਦੀਆਂ ਗੱਲਾਂ ਆ ਰਹੀਆਂ ਨੇ, ਕਾਫੀ ਜਿਹੜੀ ਹੈਗੀ ਹੈ ਕੰਪਲੇਂਟ ਵੀ ਹੋਈ ਹੈਗੀ ਹੈ ਅਤੇ ਪੁਲਿਸ ਵੀ ਉੱਪਰ ਕਾਰਵਾਈ ਕਰ ਰਹੀ ਹੈ। ਕਿਉਂਕਿ ਦੇਖੋ ਜਦੋਂ ਸ਼ੀਤਲ ਹੁਣ ਇਸ ਤਰਫ ਆਏ ਨੇ, ਦੇਖੋ ਸ਼ੀਤਲ ਪਹਿਲਾਂ ਬੀਜੇਪੀ ਸੀਗੇ, ਫਿਰ ਆਮ ਆਦਮੀ ਪਾਰਟੀ 'ਚ ਆਏ ਅਤੇ ਫਿਰ ਹੁਣ ਬੀਜੇਪੀ 'ਚ ਨੇ, ਅਤੇ ਇਹ ਗੱਲ ਸਾਫ਼ ਸੀਗੀ ਕਿ ਅਗਰ ਕੋਈ ਪੁਰਾਣੀ ਚੀਜ਼ ਹੋਏਗੀ ਤਾਂ ਜਦੋਂ ਕੋਈ ਬੰਦਾ ਛੱਡ ਕੇ ਜਾਂਦਾ ਹੈਗਾ ਅਤੇ ਹੋ ਸਕਦਾ ਸਰਕਾਰ ਦੇਖੋ ਇਸ ਟਾਈਮ ਆਮ ਆਦਮੀ ਪਾਰਟੀ ਦੀ ਹੈ ਕਿ ਉਹਦੀ ਜਾਂਚ ਕਰਵਾ ਵੀ ਸਕਦੀ ਹੈਗੀ ਹੈ, ਅਗਰ ਜਾਂਚ ਦੋਸ਼ੀ ਪਾਏ ਜਾਂਦੇ ਆ ਤਾਂ ਉਹਨਾਂ ਪਰ ਕੋਈ ਕਾਰਵਾਈ ਵੀ ਹੋ ਸਕਦੀ ਹੈ। ਕਿਉਂਕਿ ਦੇਖੋ ਇਹ ਤਾਂ ਹੁੰਦਾ ਹੀ ਹੈ, ਕਿਉਂਕਿ ਜਦੋਂ ਕਿਸੇ ਨੂੰ ਧੱਕਾ ਲੱਗਦਾ ਜਾਂ ਆਪਾਂ ਕਹੀਏ ਕੋਈ ਲੱਗਦਾ ਕਿ ਸਾਨੂੰ ਇਹ ਇੱਕਦਮ ਜਿਹੜਾ ਹੈਗਾ ਰਸਤੇ ਛੱਡ ਕੇ ਚਲਾ ਗਿਆ ਜਾਂ ਧੋਖਾ ਦੇ ਕੇ ਚਲਾ ਗਿਆ, ਤਾਂ ਉਸ ਤੋਂ ਦੂਜੀ ਪਾਰਟੀ ਵੀ ਕੋਈ ਨਾ ਕੋਈ ਜਿਹੜੀ ਹੈਗੀ ਆ
ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਕਿਉਂਕਿ ਬਹੁਤ ਸਾਰੇ ਜਦੋਂ ਇੱਦਾਂ ਦੇ ਕਹਿੰਦੇ ਬਹੁਤ ਸਾਰੇ ਸ਼ਿਕਾਇਤਕਰਤਾ ਵੀ ਸਾਹਮਣੇ ਆ ਜਾਂਦੇ ਹਨ। ਜੋਸ਼ੀ ਸਾਹਿਬ ਜੇ ਕਿਤੇ ਫੋਟੋਆਂ ਨਾਲ ਪੁਲਿਸ ਇਨਵੈਸਟੀਗੇਸ਼ਨ ਕਰਦੀ ਰਹੀ ਫਿਰ ਸੁਸ਼ੀਲ ਰਿੰਕੂ ਨਹੀਂ ਇਕੱਲੇ ਚੱਕੇ ਜਾਣੇ, ਪੰਜਾਬ ਦੇ ਕਈ ਮੰਤਰੀ ਵਿਧਾਇਕ ਤੇ ਸਥਾਨਕ ਲੀਡਰ ਵੀ ਚੱਕੇ ਜਾਣਗੇ ਜਿਸ ਤਰੀਕੇ ਨਾਲ, ਕਿਉਂਕਿ ਦੇਖੋ ਇਹ ਓਵਰਆਲ ਗੱਲ ਹੈ। ਤੁਸੀਂ ਗਰਾਊਂਡ ਤੇ ਜਾਂਦੇ ਹੋ, ਤੁਹਾਨੂੰ ਚਾਹੁਣ ਵਾਲੇ ਜਦੋਂ ਤੁਹਾਡੇ ਨਾਲ ਫੋਟੋਆਂ ਖਿੱਚਵਾਉਂਦੇ ਨੇ, ਆਪਾਂ ਕਰੈਕਟਰ ਸਰਟੀਫਿਕੇਟ ਤੋਂ ਪੁੱਛਦੇ ਨਹੀਂ ਨਾ ਵੀ ਭਾਈ ਤੂੰ ਕਿੱਥੋਂ ਆਇਆ, ਤੂੰ ਕਿਹੜਾ ਕ੍ਰਾਈਮ ਕੀਤਾ। ਇਕੱਲੀ ਫੋਟੋ ਖਿਚਵਾਉਣੀ ਵੀ ਇਹ ਜੁਰਮ ਨੂੰ ਸਾਬਤ ਨਹੀਂ ਕਰਦਾ ਕਾਨੂੰਨ ਮੁਤਾਬਕ, ਜਿੰਨੀ ਕੁ ਗਰਾਊਂਡ ਜ਼ੀਰੋ ਤੋਂ ਇਨਫੋਰਸਮੈਂਟ ਜਿਹੜੀ ਇਨਫੋਰਮੇਸ਼ਨ ਜਿਹੜੀ ਮਿਲਦੀ ਹੈ। ਪਰ ਇਸ ਨੇ ਬਹੁਤ ਵੱਡਾ ਸੈਟਬੈਕ ਉਹਨਾਂ ਲੀਡਰਾਂ ਨੂੰ ਜ਼ਰੂਰ ਲਾਉਣਾ ਹੈ ਜਿਨ੍ਹਾਂ ਬਾਰੇ ਚਰਚਾ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਬਿਲਕੁਲ, ਦੇਖੋ ਸ਼ੀਤਲ ਉਹਨਾਂ ਦੀਆਂ ਫੋਟੋਆਂ ਇੱਕ ਮਨੀਸ਼ ਨਾਂ ਦਾ ਵਿਅਕਤੀ ਸੀਗਾ ਉਹਨਾਂ ਦਿਖਾਈਆਂ ਗਈਆਂ, ਪਰ ਜਦੋਂ ਸ਼ੀਤਲ ਵੀ ਮਾਰਕੀਟ 'ਚ ਆਏ ਤਾਂ ਉਹਨਾਂ ਨੇ ਆ ਕੇ ਉਹ ਹੋਰ ਜਿਹੜੇ ਲੀਡਰ ਸੀਗੇ ਆਮ ਆਦਮੀ ਪਾਰਟੀ ਦੇ ਆ ਵਰਕਰ ਸੀਗੇ ਉਹਨਾਂ ਦੀਆਂ ਵੀ ਫੋਟੋਆਂ ਨਾਲ ਦਿਖਾਈਆਂ ਨੇ, ਅਤੇ ਹੁਣ ਜਵਾਬ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਗਈ ਆ ਵੀ ਸ਼ੀਤਲ ਦੇਣਗੇ ਕਿ ਫੋਟੋਆਂ ਕਿੱਦਾਂ ਦੀਆਂ ਹੈਗੀਆਂ ਨੇ, ਜੇ ਦਿਖਾਈਆਂ ਜਾ ਰਹੀਆਂ ਨੇ ਤਾਂ ਸਹੀ ਨੇ ਜਾਂ ਡਾਕਟਰ ਨੇ ਜਾਂ ਬਾਕੀ ਗੱਲ ਸਹੀ ਸੀਗੀ, ਕਿ ਇਹ ਹੁਣ ਆਉਣ ਵਾਲੇ ਟਾਈਮ 'ਤੇ ਜਿਹੜੀ ਫੋਟੋ ਦੀ ਵਾਰ ਹੈਗੀ ਹੈ ਜਾਂ ਫੋਟੋ ਦਾ ਜਵਾਬ ਹੈ ਆਪਾਂ ਕਹੀਏ ਕਿ ਜਵਾਨੀ ਜਿਹੜਾ ਜਮ੍ਹਾਂ ਖਰਚ ਹੁੰਦਾ, ਪਰ ਹੁਣ ਅੱਜ ਫੋਟੋ ਦਾ ਜਿਹੜਾ ਜਮ੍ਹਾਂ ਖਰਚ ਚੱਲ ਰਿਹਾ ਦਿਖਾਇਆ ਜਾ ਰਿਹਾ ਤਾਂ ਫੋਟੋ ਜਿਹੜੀ ਵਾਰ ਹੈਗੀ ਉਹ ਕਿਸ ਤਰ੍ਹਾਂ ਰੂਪ ਲੈਂਦੀ ਹੈ ਇਹ ਆਉਣ ਵਾਲੇ ਟਾਈਮ 'ਤੇ ਚੱਲੇਗਾ, ਪਰ ਇਹ ਗੱਲ ਸਾਫ਼ ਹੈਗੀ ਹੈ। ਮੈਂ ਇੱਕ ਵਾਰ ਫਿਰ ਤੋਂ ਮੁੜ ਕੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਆਉਂਦੀ ਹਾਂ। ਬਾਜਵਾ ਸਾਹਿਬ ਬਿਆਨ ਦਿੰਦੇ ਨੇ ਜਾਂ ਕਾਂਗਰਸ ਦੇ ਕੁਝ ਹੋਰ ਵੱਡੇ ਲੀਡਰ ਆਪਰੇਸ਼ਨ ਲੋਟਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਨੇ, ਪਰ ਇੰਡੀਆ ਲੈਵਲ 'ਤੇ ਇੱਕ ਗੱਠਜੋੜ ਹੁੰਦਾ ਜਿੱਥੇ ਦੋਵੇਂ ਪਾਰਟੀਆਂ ਕਈ ਸਟੇਟਸ ਦੇ ਵਿੱਚ ਇਕੱਠੀਆਂ ਚੋਣਾਂ ਲੜਦੀਆਂ ਨੇ। ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਵੱਖਰੀਆਂ ਹੋ ਜਾਂਦੀਆਂ ਨੇ, ਇਹ ਜਨਤਾ ਨੂੰ ਕੀ ਮੂਰਖ ਬਣਾਉਣ ਵਾਲੀ ਗੱਲ ਨਹੀਂ ਹੈ? ਦੇਖੋ ਇਹ ਗੱਲ ਤੁਸੀਂ ਆਪਾਂ ਗੱਲ ਕਰਦੇ ਹਾਂ ਮਾਰਕੀਟ 'ਚ ਕਰਦੇ, ਪਰ ਸੁਨੀਲ ਜਾਖੜ ਜਿਹੜਾ ਹੈਗਾ ਹੈ ਇਹ ਇਸ ਨੂੰ ਪੂਰੀ ਤਰ੍ਹਾਂ ਮੁਖਰ ਹੋ ਕੇ ਬੋਲਦੇ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਹੈ, ਇਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਅਲੱਗ ਅਲੱਗ ਦਿਖਾਈ ਦਿੰਦੀਆਂ ਨੇ, ਕਿਉਂਕਿ ਦਿੱਲੀ 'ਚ ਇਕੱਠੇ ਬੈਠੇ ਨੇ, ਇੱਥੇ ਅਲੱਗ ਅਲੱਗ ਕਿਉਂ ਹੈਗੇ ਨੇ, ਇਹ ਜਿਹੜੀਆਂ ਵੋਟਾਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਪ੍ਰਭਾਵਿਤ ਕਰਨ ਵਾਸਤੇ ਬੈਠੇ ਨੇ। ਪਰ ਆਮ ਆਦਮੀ ਪਾਰਟੀ ਦਾ ਸਪਸ਼ਟ ਗੱਲ ਕਹਿਣਾ ਸੀਗਾ ਜੋ ਮੁੱਖ ਮੰਤਰੀ ਨੇ ਕਿਹਾ ਇੱਕ ਸੀ ਕਾਂਗਰਸ ਨੂੰ, ਕਿ ਉਹ ਕਾਂਗਰਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸੀਰੀਅਸ ਹੈ ਕਿ ਅਸੀਂ ਜਿਹੜਾ ਹੈਗਾ ਕਾਂਗਰਸ ਦਾ ਪੰਜਾਬ ਵਿੱਚ ਬਦਲ ਹੈਗੇ ਹਾਂ ਅਤੇ ਬਦਲ ਰਹਾਂਗੇ, ਇਹ ਉਹ ਸਾਬਤ ਕਰਨ ਵਿੱਚ ਮੁੱਖ ਮੰਤਰੀ ਲੱਗੇ ਹੋਏ ਨੇ ਕਿ ਜੋ ਕੰਮ ਅਕਾਲੀ ਦਲ ਨੇ ਔਰ ਕਾਂਗਰਸ ਨੇ ਇੰਨੇ ਸਾਲਾਂ 'ਚ ਨਹੀਂ ਕੀਤਾ, ਅਸੀਂ ਉਸ ਤੋਂ ਵਧੀਆ ਜਿਹੜੇ ਕੰਮ ਨੇ ਉਹ 2 ਸਾਲਾਂ ਵਿੱਚ ਕੀਤੇ ਨੇ, ਮੁੱਖ ਮੰਤਰੀ ਇਸ ਗੱਲ ਦੇ ਉੱਪਰ ਲੱਗੇ ਹੋਏ ਹਨ। ਪਰ ਇਹ ਗੱਲ ਸਾਫ਼ ਹੈ ਕਿ ਬਾਜਵਾ ਦਾ ਜਿਹੜਾ ਸਵਾਲ ਹੈਗਾ ਉਹ ਵਾਰ ਵਾਰ ਇਸ ਗੱਲ ਨੂੰ ਲੈ ਕੇ ਲੋਟਸ ਓਪਰੇਸ਼ਨ ਲੀਡਰ ਨੂੰ ਕੀਤਾ ਜਾਂਦਾ, ਕਿਉਂਕਿ ਇਸ ਇੱਕ ਤੀਰ ਨਾਲ 2 ਨਿਸ਼ਾਨੇ ਲੱਗਦੇ ਹੈ, ਉਹ ਕਾਂਗਰਸ ਤੋਂ ਵੀ ਨਿਸ਼ਾਨਾ ਜਾਂਦਾ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਵੀ ਨਿਸ਼ਾਨਾ ਜਾਂਦਾ, ਇਸ ਕਰਕੇ ਉਹ ਵਾਰ ਵਾਰ ਹਰ ਥਾਂ ਦੇ ਉੱਪਰ ਓਪਰੇਸ਼ਨ ਲੋਟਸ ਦੀ ਗੱਲ ਕਰਦੇ ਆ ਰਹੇ ਨੇ। ਪਰ ਇੱਕ ਚੀਜ਼ ਦੇਖੋ ਕਿ ਹੁਣ ਅਕਾਲੀ ਦਲ ਪੰਜਾਬ ਦੇ ਵਿੱਚ ਯਾਤਰਾਵਾਂ ਕੱਢ ਰਿਹਾ, ਬਹੁਤ ਵੱਡੀ ਚਰਚਾ ਸੀ ਅਕਾਲੀ ਦਲ ਬੀਜੇਪੀ ਬਾਰੇ, ਪਰ ਜਿੰਨੀਆਂ ਹੁਣ ਜੁਆਇਨਿੰਗਸ ਬੀਜੇਪੀ ਦੇ ਵਿੱਚ ਹੋਈਆਂ, ਖਾਸ ਕਰਕੇ ਰਵਨੀਤ ਬਿੱਟੂ, ਜਿਹੜੇ ਮੁੱਦੇ 'ਤੇ ਅਕਾਲੀ ਦਲ ਬੀਜੇਪੀ ਦਾ ਪੈਚਅਪ ਹੋਣਾ ਸੀ, ਉਹ ਮੁੱਦਾ ਬੰਦੀ ਸਿੱਖਾਂ ਦਾ ਸੀ, ਉਹ ਮੁੱਦਾ ਪੰਜਾਬ ਦੇ ਫੈਡਰਲਿਜ਼ਮ ਨਾਲ ਜੁੜਿਆ ਹੋਇਆ ਸੀ, ਪੰਜਾਬੀ ਬੋਲਦੇ ਇਲਾਕਿਆਂ ਨਾਲ ਬਹੁਤ ਵੱਡੀ ਚਰਚਾ, ਪਾਣੀਆਂ ਦੇ ਮੁੱਦੇ 'ਤੇ ਅਕਾਲੀ ਦਲ ਨੇ ਮੀਟਿੰਗ 'ਚ ਬਹੁਤ ਵੱਡੀ ਚਰਚਾ ਕੀਤੀ, ਪਰ ਸਭ ਤੋਂ ਵੱਡਾ ਬੰਦੀ ਸਿੱਖਾਂ ਦਾ ਮੁੱਦਾ ਜਿੱਥੇ ਰਵਨੀਤ ਬਿੱਟੂ ਬੋਲਦੇ ਰਹੇ ਕਿ ਬੰਦੀ ਸਿੱਖ ਰਿਹਾ ਨਹੀਂ ਹੋਣੇ ਚਾਹੀਦੇ, ਯਾਨੀ ਕਿ ਗੱਲ ਸਪਸ਼ਟ ਹੋ ਗਈ ਬਿੱਟੂ ਦੀ ਐਂਟਰੀ ਅਕਾਲੀ ਦਲ ਬੀਜੇਪੀ ਦੇ ਵਿੱਚ ਹੁਣ ਪੈਚਅਪ ਹੋ ਹੀ ਨਹੀਂ ਸਕਦਾ, ਪਰ ਸੰਭਾਵਨਾ ਰੱਖੀ ਜਾ ਸਕਦੀ ਹੈ 2-4%, ਇਸ 'ਤੇ ਵੀ ਅਸੀਂ ਚਰਚਾ ਕਰਾਂਗੇ। ਪਰ ਜੋਸ਼ੀ ਸਾਹਿਬ ਅਕਾਲੀ ਦਲ ਤਾਂ ਚਲੋ ਠੀਕ ਹੈ ਲੈਦਾ, BSP ਵੀ ਇਸ ਵਾਰ ਅਕਾਲੀ ਦਲ ਨਾਲ ਨਹੀਂ ਹੈ, ਸੁਖਬੀਰ ਬਾਦਲ ਕਹਿੰਦੇ ਦਿਖਾਈ ਦਿੱਤੇ ਕਿ ਅਸੀਂ BSP ਦੇ ਨਾਲ ਅਲਾਇੰਸ ਨਹੀਂ ਤੋੜਿਆ, ਅਸੀਂ ਤਾਂ ਉਹਨਾਂ ਦੇ ਬਿਆਨ ਅਖਬਾਰਾਂ ਦੇ ਵਿੱਚ ਸੁਣਿਆ ਹੈ, ਤਾਂ ਫਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੇ ਪੰਜਾਬ 'ਚ ਇਕੱਠਿਆਂ ਇਲੈਕਸ਼ਨ ਨਹੀਂ ਲੜੇਗੀ ਤਾਂ ਸਿੱਧੇ ਤੌਰ 'ਤੇ ਫਾਇਦਾ ਦੇਖਿਆ ਜਾ ਸਕਦਾ ਕਿ ਅੱਜ ਦੀ ਤਰੀਕ 'ਚ BJP ਬੜੀ ਸਰਕਾਰ ਹੈ, ਕਿਤੇ ਰੀਕਨਸੀਡਰ ਤਾਂ ਨਹੀਂ ਕਰਨਗੇ? ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਸੰਦੀਪ ਪਾਠਕ ਨਾਲ ਮੁਲਾਕਾਤ ਅਰਵਿੰਦ ਕੇਜਰੀਵਾਲ ਦੀਆਂ ਹਾਲਾਂਕਿ ਕਸਟਡੀ ਦੇ ਵਿੱਚ ਹੋ ਰਹੀਆਂ ਨੇ, ਕਾਨੂੰਨ ਮੁਤਾਬਕ ਉਹਨਾਂ ਨੂੰ ਉਹਨਾਂ ਦਾ ਨਾਮ ਦਿੱਤਾ ਗਿਆ ਹੈ। ਪਰ ਜੇ ਪੰਜਾਬ ਦੇ ਵਿੱਚ ਰੀਕਨਸੀਡਰ ਹੋ ਜਾਂਦਾ, ਦੇਖੋ ਮੁੱਖ ਮੰਤਰੀ ਪੰਜਾਬ ਦਾ ਹੀ ਬਿਆਨ ਸੀ ਕਿ 5 ਦਿਨ ਹੋਰ ਦਿਓ, 5 ਉਮੀਦਵਾਰਾਂ ਦਾ ਅਸੀਂ ਡਿਕਲੇਅਰ ਜਲਦ ਐਲਾਨ ਕਰਾਂਗੇ, ਪਰ 5 ਤੋਂ 6 ਹੋ ਚੁੱਕੇ ਹੈ,
ਜੇ ਅਜਿਹਾ ਹੁੰਦਾ ਤਾਂ ਕੀ ਸਿਆਸੀ ਸਮੀਕਰਨ ਪੰਜਾਬ ਦੇ ਬਦਲ ਸਕਦੇ ਆ ਜਾਂ ਨਵਾਂ ਕੁਛ ਟਵਿਸਟ ਦੇਖਣ ਨੂੰ ਮਿਲੇਗਾ? ਦੇਖੋ, ਅੱਜ ਦੇ ਦੌਰ ਦੇ ਵਿੱਚ ਚਾਰੇ ਪਾਰਟੀਆਂ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਰੇ ਪਾਰਟੀਆਂ ਆਪਣੇ ਆਪਣੇ ਦਮ ਦੇ ਉੱਪਰ ਪੰਜਾਬ ਦੇ ਵਿੱਚ ਲੜਨ ਜਾ ਰਹੀਆਂ ਨੇ ਇਲੈਕਸ਼ਨ ਲੋਕ ਸਭਾ ਦਾ। ਜੋ ਤਿਆਰੀ ਹਾਲ ਤੱਕ ਦਿਖਦੀ ਹੈ ਕਿ ਚੌਕੋਣਾ ਮੁਕਾਬਲਾ ਹਰ ਸੀਟ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੇਗਾ। ਪਰ ਸੰਦੀਪ ਪਾਠਕ ਦੀ ਆਪਾਂ ਗੱਲ ਕਰਦੇ, ਸੰਦੀਪ ਪਾਠਕ ਸੰਗਠਨ ਨੂੰ ਮਜ਼ਬੂਤ ਕਰਨ ਵਾਲੇ ਜਾਂ ਸੰਗਠਨ ਦੇ ਮਾਹਰ ਨੇ ਕਿ ਜ਼ਮੀਨੀ ਸਤਰ ਦੇ ਉੱਪਰ ਕਿੱਦਾਂ ਸੰਗਠਨ ਜਿਹੜਾ ਕੰਮ ਕਰਦਾ ਹੈਗਾ ਅਤੇ ਉਹਨਾਂ ਦਾ ਕੈਲਕੂਲੇਸ਼ਨ, ਆਪਾਂ ਕਹੀਏ ਡਾਟਾ ਜਿਹੜਾ ਹੈਗਾ, ਡਾਟਾ ਦੇ ਉੱਪਰ ਬੇਸਡ ਉਹ ਸਾਰੀ ਚੀਜ਼ ਚਲਾਉਂਦੇ ਨੇ ਅਤੇ ਉਹਨਾਂ ਦਾ ਡਾਟਾ ਜਿਹੜਾ ਐਨਾਲਿਸਿਸ ਆ ਬਹੁਤ ਜ਼ਿਆਦਾ ਸਟਰੋਂਗ ਹੈਗਾ ਆ। ਸੰਦੀਪ ਪਾਠਕ ਦਾ ਮਿਲਣਾ ਔਰ ਉਮੀਦਵਾਰ ਦਾ ਤੈਅ ਕਰਨਾ ਵੀ ਕਿਹੜਾ ਉਮੀਦਵਾਰ ਜਾਊਗਾ ਉਹਨਾਂ ਵਾਸਤੇ, ਉਹ ਆਮ ਆਦਮੀ ਪਾਰਟੀ ਦੇ ਇੱਕ ਕਾਫੀ ਜਿਹੜੀ ਹੈਗੀ ਆਪਾਂ ਗੱਲ ਕਹੀਏ ਵੀ ਸੰਦੀਪ ਪਾਠਕ ਜਿਹੜਾ ਰੂਪ ਹੈਗਾ ਉਹ ਆਮ ਆਦਮੀ ਪਾਰਟੀ ਦੇ ਕਿਹੜਾ ਹੈਗਾ ਪਿਲਰ ਹੈ ਜਿਹੜਾ ਕਿ ਉਸਨੂੰ ਖੜਾ ਕੀਤਾ ਹੋਇਆ। ਪਰ ਇਹ ਗੱਲ ਸਾਫ਼ ਹੈ ਕਿ ਜਿਹੜੇ ਆਉਣ ਵਾਲੇ ਜਿਹੜੇ ਹੋਰ ਉਮੀਦਵਾਰ ਹੈ ਉਹਨਾਂ ਦਾ ਨਾਮ ਜਿਹੜਾ ਇੱਕਦਮ ਨਹੀਂ ਹੋਏਗਾ, ਹਜੇ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਟਾਈਮ ਲਗਾ ਕੇ ਉਹਨਾਂ ਦਾ ਜਿਹੜੇ ਨਾਮ ਸਾਹਮਣੇ ਆਉਣਗੇ ਤਾਂ ਕਿ ਉਹ ਕੰਮ ਵੀ ਕਰ ਸਕਣ। ਦੂਜੇ ਪਾਸੇ ਜਿਹੜੀ ਕਾਂਗਰਸ ਹੈਗੀ, ਜਿਹੜੀ ਅਕਾਲੀ ਦਲ ਹੈਗਾ, ਉਹਨਾਂ ਨੇ ਵੀ ਆਪਣਾ ਪਹਿਲੀ ਵਾਰੀ ਇਲੈਕਸ਼ਨ ਜਿਹੜਾ ਹੈਗਾ ਇਕੱਲੇ ਬਿਲਕੁਲ ਹੋ ਕੇ ਲੜਨਾ ਹੈਗਾ ਆ। BSP ਵੀ ਨਹੀਂ ਹੈਗੀ, ਨਾ BJP ਹੈਗੀ ਹੈ, ਅਤੇ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਤੁਹਾਡੇ ਸਾਹਮਣੇ ਹੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਲੜਕਿਆ ਹੁੰਗਾਰਾ ਮਿਲਦਾ ਜਾਂ ਆਪਾਂ ਗੱਲ ਕਹੀਏ ਕਿ ਕਿਸ ਤਰ੍ਹਾਂ ਲੋਕ ਉਹਨਾਂ ਨਾਲ ਜੁੜ ਰਹੇ ਨੇ। ਪਰ ਜਿਹੜਾ ਮੁੱਦੇ ਨੇ ਉਹ ਅੱਜ ਵੀ ਉਸ ਤਰ੍ਹਾਂ ਸਟੈਂਡ ਕਰਦੇ ਨੇ, ਚਾਹੇ ਉਹ ਤੁਸੀਂ ਆਪਾਂ BJP ਦੇ ਨਾਲ ਕਹੀਏ, ਚਾਹੇ ਅਕਾਲੀ ਦਲ ਨੂੰ ਗੱਲ ਕਹੀਏ ਕਿ BLV ਦਾ ਮੁੱਦਾ ਪਿਆ ਹੈਗਾ, ਬੰਦੀ ਸਿੰਘਾਂ ਦਾ ਮੁੱਦਾ ਪਿਆ ਹੈਗਾ, ਅਤੇ ਆਪਾਂ ਜਿਹੜੇ ਹੋਰ ਮੁੱਦੇ ਨੇ, ਚਾਹੇ ਉਹ ਜਿਹੜੇ ਹੈਗਾ ਬਾਬਾ ਰਾਮ ਰਹੀਮ ਵਾਲਾ ਮੁੱਦਾ ਉਹ ਵੀ ਪਿਆ ਹੈਗਾ, ਸਾਰੇ ਮੁੱਖਰ ਮੁੱਦੇ ਨੇ ਜਦੋਂ ਇਲੈਕਸ਼ਨ ਦਾ ਅਤੇ ਮੁੱਦਿਆਂ ਦੇ ਉੱਪਰ ਹਰ ਕੋਈ ਪਾਰਟੀ ਜਿਹੜੀ ਘੇਰਨ ਦੀ ਇੱਕ ਦੂਜੇ ਨੂੰ ਕੋਸ਼ਿਸ਼ ਕਰਦੀ ਹੈ। ਪਰ ਇਹ ਗੱਲ ਸਾਫ਼ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ, ਧਰਨਾ ਲੱਗਿਆ ਹੋਇਆ YPS ਚੌਂਕ ਅਤੇ ਮੋਹਾਲੀ, ਉਹ ਨਹੀਂ ਹਟਿਆ ਹੈਗਾ। ਪਰ BJP ਕਹਿੰਦੀ ਹੈ ਅਸੀਂ ਕਾਲੀ ਸੂਚੀ ਜਿਹੜੀ ਸੀਗੀ ਖਤਮ ਕੀਤੀ ਹੈਗੀ ਹੈ, ਅਸੀਂ ਇਸ ਦੇ ਪਰ ਵੀ ਕੋਈ ਨਾ ਕੋਈ ਜਿਹੜਾ ਹੈਗਾ ਉਹ ਲਵਾਂਗੇ। ਆਸ਼ਵਾਸਨ ਹਾਵਰ ਦਿੱਤਾ ਜਾਂਦਾ ਕਿ ਮੁੱਖ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦਾ ਗੱਲ ਪਹੁੰਚਾਈ ਗਈ ਹੈਗੀ ਹੈ, ਪਰ ਹਾਲ ਤੱਕ ਕੋਈ ਜਿਹੜਾ ਹੈਗਾ ਉਹ ਹੱਲ ਨਹੀਂ ਨਿਕਲਿਆ। ਪਰ ਹੁਣ ਨਿਕਲਦਾ ਦਿਖਾਈ ਵੀ ਦਿੰਦਾ ਹੈਗਾ ਕਿਉਂਕਿ ਇਲੈਕਸ਼ਨ ਹੈ, ਹੁਣ ਤਾਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਰਾਜ ਹੈਗਾ, ਸਰਕਾਰ ਦਾ ਰਾਜ ਨਹੀਂ ਹੈਗਾ। ਬਿਲਕੁਲ, ਹਨੇਰੀ ਚੱਲ ਪਈ ਹੈ, ਇਸ ਹਨੇਰੀ ਦੇ ਵਿੱਚ ਵੱਡੇ ਵੱਡੇ ਥੰਮ ਵੀ ਜ਼ਰੂਰ ਡਿੱਗਣਗੇ ਆਉਣ ਦੇ ਦਿਨਾਂ 'ਚ। ਹੋਰ ਵੱਡੀਆਂ ਡਿਵੈਲਪਮੈਂਟਸ ਪੰਜਾਬ ਦੀ ਪੋਲਿਟਿਕਸ ਵਿੱਚ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਹੋ ਸਕਦੀਆਂ। ਪਰ ਸਵਾਲ ਬਹੁਤ ਵੱਡੇ ਨੇ ਕਿ ਦਲ ਬਦਲੂਆਂ ਨੂੰ ਕੀ ਕੁਛ ਆਧਾਰ, ਕੀ ਕੁਛ ਰਿਸਪੌਂਸ ਪਬਲਿਕ ਦੇਵੇਗੀ, ਕਿਉਂਕਿ ਲੋਕ ਇਸ ਵੇਲੇ ਦੇਖ ਰਹੇ ਹਨ ਕਿ ਆਖਿਰਕਾਰ ਕਿਹੜਾ ਉਮੀਦਵਾਰ ਕਿਹੜੀ ਸਿਆਸੀ ਜਮਾਤ ਦੇ ਵਿੱਚ ਸ਼ਾਮਲ ਹੋਇਆ, ਪਰ ਕੀ ਕੁਛ ਸਿਨੈਰੀਓ ਪੰਜਾਬ ਦੀ ਪੋਲਿਟਿਕਸ ਵਿੱਚ ਬਦਲੇਗਾ। ਮਨੋਜ, ਬਹੁਤ ਸ਼ੁਕਰੀਆ, ਤੁਸੀਂ ਤਫਸੀਲ ਨਾਲ ਪੰਜਾਬ ਦੇ ਪੋਲੀਟੀਕਲ ਗਰਾਊਂਡ 'ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਹੁਣ ਰੁੱਖ